ਕਿਹਾ ਕਿ ਜੀ ਇਹ ਸਾਰਾ ਪਲਾਨ ਸੀਗਾ ਕਿ ਤੁਹਾਡਾ ਅਕਾਲੀ ਦਲ ਤੋਂ ਬਾਹਰ ਆਉਣਾ, ਕਿਉਂਕਿ ਇਹ ਪਲਾਨ ਸੀਗਾ ਕਿ ਤੁਸੀਂ ਕਾਂਗਰਸ ਜੁਆਇਨ ਕਰੋਗੇ। ਇਹਦੇ ਵਿੱਚ ਕੀ ਕਹੋਗੇ? ਟਾਈਮਿੰਗ ਬੜੀ ਔਡ ਹੈ, ਟਾਈਮਿੰਗ ਕਿਉਂ ਔਡ ਹੈ? 6 ਮਹੀਨੇ ਪਹਿਲਾਂ, ਅਰਾਊਂਡ 6-7 ਮਹੀਨੇ ਦੀ ਗੱਲ ਹੀ ਹੈ, ਅਕਤੂਬਰ ਸਪਟੰਬਰ ਅਕਤੂਬਰ ਦੀ ਗੱਲ ਹੈ। ਹਾਂ, 6 ਮਹੀਨੇ ਪਹਿਲਾਂ ਤੁਸੀਂ ਉੱਥੋਂ ਰਿਜ਼ਾਈਨ ਕੀਤਾ, ਫਿਰ ਇੱਥੋਂ ਹੁਣ ਤੁਸੀਂ ਕਾਂਗਰਸ ਦੇ ਉਮੀਦਵਾਰ ਆ ਗਏ। ਹਾਂਜੀ, ਠੀਕ ਹੈ। 6 ਮਹੀਨੇ ਤੁਸੀਂ ਇਹ ਪ੍ਰਜ਼ੂਮ ਕਰ ਰਹੇ ਹੋ ਕਿ 6 ਮਹੀਨੇ ਪਹਿਲਾਂ ਇਹ ਕੌਨਸਪਰੇਸੀ ਹੈਚ ਹੋਈ, ਪਰ ਉਦੋਂ ਕੌਨਸਪਰੇਸੀ ਹੈਚ ਕਿਹਨੇ ਕਿਹਨੇ ਕੀਤੀ ਮੈਨੂੰ ਇਹ ਤਾਂ ਦੱਸ ਦਿਓ। ਹੂ ਹੈਲਪ ਯੂ? ਕਿਹਨੇ ਮਦਦ ਕੀਤੀ ਤੁਹਾਡੀ ਟਿਕਟ ਵਾਸਤੇ? ਟਿਕਟ ਵਾਸਤੇ ਇਜ਼ ਇਟ ਪਲਾਨ? ਇਹੀ ਤਾਂ ਪਲੈਨਿੰਗ ਹੈ, ਤੁਸੀਂ ਮੈਨੂੰ ਕਹਿੰਦੇ ਹੋ ਤੂੰ ਰਲ ਕੇ ਲੜ ਰਿਹਾ ਇਲੈਕਸ਼ਨ, 6 ਮਹੀਨੇ ਪਹਿਲਾਂ ਕੌਨਸਪਰੇਸੀ, ਮੇਰੀ ਤਾਂ ਪ੍ਰੂਵ ਨਹੀਂ ਹੋ ਸਕਦੀ, ਇਹ ਤਾਂ ਸਾਹਮਣੇ ਦਿਖਦੀ ਹੈ, ਇਹ ਤਾਂ ਸਾਹਮਣੇ ਦਿਖਦੀ ਹੈ। ਮਲੂਕਾ ਸਾਹਿਬ 'ਤੇ ਐਕਸ਼ਨ ਕਿਉਂ ਨਹੀਂ ਲਿੱਤਾ? ਮਲੂਕਾ ਸਾਹਿਬ 'ਤੇ ਐਕਸ਼ਨ ਨਹੀਂ ਲਿੱਤਾ? ਗੁਰਪ੍ਰੀਤ ਮਲੂਕਾ ਜੀ ਨੇ ਸ਼੍ਰੋਮਣੀ ਅਕਾਲੀ ਦਲ ਚੇਅਰਮੈਨ ਰਹੇ, ਇੰਪਰੂਵਮੈਂਟ ਉਸ 'ਚ ਵੀ ਰਹੇ, ਤੁਹਾਡਾ ਤਾਂ ਐਕਸ਼ਨ ਉਹਨਾਂ ਨੇ ਲਿਆ ਸੀਗਾ, ਮਲੂਕਾ ਸਾਹਿਬ ਨੇ ਲਿੱਤਾ? ਅਤੇ ਫਿਰ ਮਲੂਕਾ ਆਪਦੇ ਮੁੰਡੇ ਨੂੰ ਸ਼ੋਕੋਜ਼ ਨੋਟਿਸ ਕਿਉਂ ਨਹੀਂ ਦਿੱਤਾ ਵੀ ਤੂੰ ਐਂਟੀ ਪਾਰਟੀ ਐਕਟੀਵਿਟੀ ਕਰ ਰਿਹਾ? ਜਦੋਂ ਜੀਤਮਿੰਦਰ ਦੀ ਗੱਲ ਆਉਂਦੀ ਹੈ ਉਦੋਂ ਡਿਫਰੈਂਟ ਸਟੈਂਡਰਡ ਹੈ, ਜਦੋਂ ਮਲੂਕੇ ਦੀ ਗੱਲ ਆਉਂਦੀ ਹੈ ਜਦ ਮਲੂਕੇ ਤੋਂ ਡਰਦੇ ਨੇ, ਕੋਈ ਗੱਲ ਹੋਣੀ ਹੈ ਮਲੂਕੇ ਕੋਲ ਇਹਨਾਂ ਦੀ, ਜਿਹਦੇ ਕਰਕੇ ਸੁਖਬੀਰ ਸਿੰਘ ਬਾਦਲ ਫਸਟ ਡੇ ਹੀ ਸ਼ੁਡ ਹੈ ਗਿਵਨ ਅ ਨੋਟਿਸ ਐਜ਼ ਪ੍ਰੈਜ਼ੀਡੈਂਟ ਕਿ ਬਈ ਮਲੂਕਾ ਸਾਹਿਬ ਤੁਸੀਂ ਐਂਟੀ ਪਾਰਟੀ ਐਕਟੀਵਿਟੀ ਕਰ ਰਹੇ ਹੋ, ਤੁਹਾਡਾ ਬੇਟਾ ਕਰ ਰਿਹਾ ਹੈ, ਤੁਸੀਂ ਓਬਵੀਅਸਲੀ ਜੇ ਬੇਟਾ ਕਰ ਰਿਹਾ ਤਾਂ ਇਹ ਤਾਂ ਹੈ ਨਹੀਂ, ਅਸੀਂ ਮੈਂ ਅਤੇ ਮੇਰਾ ਬੇਟਾ ਇੱਕ ਘਰ 'ਚ ਰਹਿ ਰਹੀ ਹੋਈਏ, ਇਕੱਠੇ ਡਾਇਨਿੰਗ ਟੇਬਲ 'ਤੇ ਬੈਠ ਕੇ ਅਸੀਂ ਰੋਟੀ ਖਾਈਏ, ਇਕੱਠੇ ਬੈਠ ਕੇ ਟੀ ਵੀ ਦੇਖੀਏ, ਅਤੇ ਇੱਧਰ BJP ਅਤੇ ਇੱਥੇ ਅਕਾਲੀ ਕੋਈ ਮਜ਼ਾਕ ਛੋੜੀ। ਬਠਿੰਡਾ ਦੇ ਵਿੱਚ ਘਮਾਸਾਨ ਮਚਾ ਹੋਇਆ, ਅੱਜ ਆਪਾਂ ਇੱਕ ਇਹੋ ਜਿਹੇ ਸ਼ਖਸ ਦੀ ਇੰਟਰਵਿਊ ਕਰਾਂਗੇ ਜਿਹਨੇ ਮਾਹੌਲ ਬਦਲ ਦਿੱਤਾ ਹੈ, ਜਿਹਦੀ ਟਿਕਟ ਨਾਲ ਮਾਹੌਲ ਬਦਲ ਗਿਆ ਹੈ। ਵੈਸੇ ਤਾਂ ਇਹ ਜਿਹੜੀ ਕਹਾਵਤ ਹੈ ਢੁਕਦੀ ਨਹੀਂ, ਪਰ ਮੈਨੂੰ ਦੂਜੀ ਕਹਾਵਤ ਯਾਦ ਨਹੀਂ ਆ ਰਹੀ, ਲੋਕ ਕਹਿ ਰਹੇ ਨੇ, ਮੈਂ ਨਹੀਂ ਕਹਿ ਰਿਹਾ, ਲੋਕ ਕਹਿ ਰਹੇ ਨੇ ਕਿ ਕੁੱਤੀ ਚੋਰਾਂ ਨਾਲ ਰਲੀ ਹੋਈ ਹੈ। ਆਖਿਰ ਕਿਹੜੀ ਕੁੱਤੀ ਕਿਹੜੇ ਚੋਰਾਂ ਨਾਲ ਰਲੀ ਹੋਈ ਹੈ, ਇਹ ਗੱਲ ਸਮਝ ਨਹੀਂ ਆ ਰਹੀ। ਆਪਾਂ ਗੱਲ ਕਰਾਂਗੇ ਇੱਕ ਅਜਿਹੇ ਸ਼ਖਸ ਨਾਲ ਜਿਨ੍ਹਾਂ ਨੂੰ ਕਾਂਗਰਸ ਤੋਂ ਟਿਕਟ ਮਿਲੀ ਹੈ, ਕਾਫੀ ਰੌਲਾ ਚੱਲਿਆ ਹੋਇਆ, ਕਾਫੀ ਕੰਟਰੋਵਰਸੀ ਬਣੀ ਹੋਈ ਹੈ ਕਿ ਜੀ ਇੱਕ ਨੂੰ ਜਿਤਾਉਣ ਵਾਸਤੇ ਦੂਜੇ ਨੂੰ ਖੜਾ ਕੀਤਾ ਗਿਆ, ਦੂਜੇ ਨੂੰ ਜਿਤਾਉਣ ਵਾਸਤੇ ਉਹਨੂੰ ਟਿਕਟ ਨਹੀਂ ਦਿੱਤੀ ਗਈ। ਮਿਲਾਂਗੇ ਉਸ ਸ਼ਖਸ ਨਾਲ, ਕੀ ਕਹਿੰਦੇ ਨੇ, ਕੀ ਹੈ ਸਾਰੀ ਕਹਾਣੀ, ਟਿਕਟ ਕਿਵੇਂ ਮਿਲੀ, ਕੌਣ ਨੇ ਇਹ, ਕਿੱਥੋਂ ਆਉਂਦੇ ਨੇ, ਸਾਰੀ ਗੱਲ ਕਰਾਂਗੇ। ਆਓ ਗੱਲ ਕਰੀਏ ਜੀਤ ਮਹਿੰਦਰ ਸਿੱਧੂ ਨਾਲ। ਸਿੱਧੂ ਸਾਹਿਬ ਵੈਲਕਮ ਸਾਡੇ ਚੈਨਲ ਤੇ, ਸਾਡੇ ਸਿਸਟਮ ਤੇ। ਇਹ ਜਿਹੜੀ ਇੰਟਰਵਿਊ ਹੈ ਸਰ, ਕੋਈ ਠੀਕ ਹੈ ਗੱਲ ਕਰਾਂਗੇ, ਟੱਤੀਆਂ ਠੰਡੀਆਂ ਗੱਲਾਂ ਵੀ ਹੋਣਗੀਆਂ, ਕਿਉਂਕਿ ਬਹੁਤ ਇਲਜ਼ਾਮ ਲੱਗ ਰਹੇ ਨੇ, ਬੜਾ ਕੁਝ ਚੱਲ ਰਿਹਾ, ਹੀਅਰਸੇ ਕਹਿ ਸਕਦੇ ਹੋ ਤੁਸੀਂ, ਠੀਕ ਹੈ, ਹੀਅਰਸੇਸ ਬਹੁਤ ਜ਼ਿਆਦਾ ਨੇ, ਉਹਨਾਂ ਬਾਰੇ ਗੱਲ ਕਰਾਂਗੇ, ਲੇਕਿਨ ਉਸ ਤੋਂ ਪਹਿਲਾਂ ਤੁਹਾਡੇ ਬਾਰੇ ਜਾਣਨਾ ਚਾਹਾਂਗੇ, ਲੋਕ ਜਾਣਨਾ ਚਾਹੁੰਦੇ ਕਿ ਸਾਡੇ ਕੋਲ ਜਿਹੜਾ ਕੈਂਡੀਡੇਟ ਆਇਆ ਉਹ ਕਿੱਥੋਂ ਸ਼ੁਰੂ ਹੋਇਆ, ਕਿੱਥੋਂ ਤੁਸੀਂ ਸ਼ੁਰੂ ਹੋਏ? ਜੀ ਮੈਂ 1995 'ਚ ਆਪਦਾ ਸਿਆਸੀ ਜੀਵਨ ਲੋਕ ਸੇਵਾ ਸ਼ੁਰੂ ਕੀਤੀ ਸੀ ਜੀ, ਅਤੇ ਲਗਭਗ ਹੁਣ ਆਲਮੋਸਟ 30 ਸਾਲ ਹੋ ਗਏ ਨੇ, ਅਤੇ ਹਲਕਾ ਤਲਵੰਡੀ ਸਾਬੋ ਤੋਂ ਮੈਂ 4 ਵਾਰ MLA ਰਿਹਾ ਜੀ, ਅਤੇ ਤਲਵੰਡੀ ਸਾਬੋ 'ਚ ਹੀ ਮੈਂ ਜ਼ਿਆਦਾ ਕੰਮ ਕੀਤਾ ਹੈ, ਜਾਂ ਮੌੜ 'ਚ ਕੰਮ ਕੀਤਾ ਸੀ ਜਦੋਂ ਉਦੋਂ ਮੌੜ ਹਲਕਾ ਹੁੰਦਾ ਨਹੀਂ ਸੀ, ਡੀਲਿਮੀਟੇਸ਼ਨ ਤੋਂ ਪਹਿਲਾਂ ਉਦੋਂ ਮੌੜ ਪਾਰਟ ਆਫ ਤਲਵੰਡੀ ਹੁੰਦਾ ਸੀ ਜੀ। ਰਿਹਾਇਸ਼ ਮੇਰੀ ਬਠਿੰਡੇ ਸ਼ਹਿਰ 'ਚ ਹੈ, ਇਸ ਕਰਕੇ ਸ਼ਹਿਰ ਛੋਣ ਕਰਕੇ ਜੋ ਮੇਰਾ ਮੇਲ ਮਿਲਾਪ ਹੈ ਹੋਰ ਹੈ, ਉਹ ਬਹੁਤ ਵਧੀਆ ਮੇਰਾ ਸ਼ਹਿਰ ਵਾਸੀਆਂ ਨਾਲ ਰਿਹਾ, ਅਤੇ ਮੇਰਾ ਆਪਦਾ ਜੱਦੀ ਪਿੰਡ ਹੈ ਜਿਹੜਾ, ਉਹ ਬਠਿੰਡਾ ਰੂਰਲ, ਜਿਹੜਾ ਬਠਿੰਡਾ ਦਿਹਾਤੀ ਹੈ ਉਹਦੇ ਵਿੱਚ ਪੈਂਦਾ ਪਿੰਡ ਪਥਰਾਲਾ ਜੀ। ਸੋ ਉਸ ਪਿੰਡ 'ਚ ਉੱਥੇ ਹੋਣ ਨਾਤੇ ਮੇਰਾ ਬਠਿੰਡਾ ਦਿਹਾਤੀ ਦੇ ਵਿੱਚ ਵੀ ਲੋਕਾਂ ਨਾਲ ਬਹੁਤ ਵਧੀਆ ਸੰਪਰਕ ਹੈ। ਸੋ ਰਲਾ ਮਿਲਾ ਕੇ ਮੈਂ ਕਾਫੀ ਦੇਰ ਤੋਂ ਲੋਕਾਂ ਨਾਲ ਸਾਰੇ ਹੀ ਹਲਕਿਆਂ 'ਚ ਮੈਂ ਵਿਚਰਦਾ ਰਿਹਾ, ਦੁੱਖ ਸੁੱਖ 'ਚ ਆਉਂਦੇ ਜਾਂਦੇ ਰਹੇ ਹਾਂ, ਜਿਹੜੇ ਕੋਈ ਕੰਮ ਹੁੰਦਾ ਉਹ ਕੰਮ ਕਰਾਉਂਦੇ ਰਹੇ ਹਾਂ। ਸੋ ਇਸ ਕਰਕੇ ਲੋਕਾਂ ਨੂੰ ਮੇਰੇ ਪ੍ਰਤੀ ਵਿਸ਼ਵਾਸ
ਮੇਰੇ ਪ੍ਰਤੀ ਇੱਕ ਜਿਵੇਂ ਕਹਿੰਦੇ ਹੁੰਦੇ ਨਾ ਕਿ ਲੋਕਲ ਕੈਂਡੀਡੇਟ ਕਰਕੇ ਇੱਕ ਅਪਣੱਤ ਜੀ ਹੈਗੀ ਜੀ। ਸਿੱਧੂ ਸਾਹਿਬ ਕਿਹੜੀ ਪਾਰਟੀ ਕਦੋਂ ਜੁਆਇਨ ਕੀਤੀ ਤੇ ਕਦੋਂ ਛੱਡੀ? ਇਹ ਤਾਂ ਲੰਬੀ ਗੱਲ ਹੈ ਜੀ। ਗੱਲ ਇਹ ਹੈ ਕਿ ਮੈਂ ਕਾਂਗਰਸ ਰੀਜੁਆਇਨ ਕੀਤੀ ਲਾਸਟ ਈਅਰ ਅਕਤੂਬਰ ਦੇ ਵਿੱਚ। ਤੁਹਾਡੀ ਫਸਟ ਪਾਰਟੀ ਕਿਹੜੀ ਸੀ? ਅਕਾਲੀ ਦਲ। ਅਕਾਲੀ ਦਲ ਕਦੋਂ ਜੁਆਇਨ ਕੀਤੀ ਸਰ? 95-96 ਤੇ ਉਹ ਕਦੋਂ ਛੱਡੀ ਜੀ? ਉਹ ਛੱਡੀ ਨਹੀਂ ਸੀ ਜੀ, ਉਹ ਮੈਨੂੰ ਟਿਕਟ ਨਹੀਂ ਦਿੱਤਾ 2002 'ਚ, ਫਿਰ ਮੈਂ ਆਜ਼ਾਦ ਲੜਿਆ ਜੀ। ਗੁਰੂ ਮਹਾਰਾਜ ਨੇ ਕਿਰਪਾ ਕੀਤੀ, ਲੋਕਾਂ ਦਾ ਪਿਆਰ ਸੀ, ਫਿਰ ਉਦੋਂ ਮੈਂ ਫਿਰ ਆਜ਼ਾਦ ਉਮੀਦਵਾਰ ਤੌਰ 'ਤੇ ਮੈਂ ਇਲੈਕਸ਼ਨ ਲੜ ਕੇ ਮੈਂ MLA ਪਹਿਲੀ ਵਾਰ ਮੈਂ ਉਦੋਂ ਜੀ ਜਿੱਤਿਆ ਜੀ। ਅਤੇ ਉਸ ਤੋਂ ਬਾਅਦ? ਉਸ ਤੋਂ ਬਾਅਦ ਮੈਂ ਕਾਂਗਰਸ 'ਚ ਚਲੇ ਗਿਆ ਸੀ। ਉਸ ਤੋਂ ਬਾਅਦ ਤੁਸੀਂ ਕਾਂਗਰਸ ਚਲੇ ਗਏ? ਕਾਫੀ ਸਮੇਂ ਮੈਂ ਕਾਂਗਰਸ 'ਚ ਰਿਹਾ, ਦੋ ਵਾਰ MLA ਬਣਿਆ, ਹੋਰ ਕਿਤੇ ਫਿਰ ਕੋਈ ਕਾਰਨ ਹੋ ਗਏ ਸੀ, ਪਰਸਨਲ ਕਾਰਨ ਸੀਗੇ, ਇਸ ਕਰਕੇ ਮੈਨੂੰ ਮਜਬੂਰਨ ਕਾਂਗਰਸ ਤੋਂ ਕਿਨਾਰਾ ਕਰਨਾ ਪਿਆ। ਫਿਰ ਉਸ ਤੋਂ ਬਾਅਦ ਅਕਾਲੀ ਦਲ 'ਚ ਆ ਗਏ ਅਤੇ ਹੁਣ ਫਿਰ ਫੈਸਲਾ ਕੀਤਾ ਕਿ ਨਹੀਂ, ਜਦੋਂ ਇਹਨਾਂ ਨੇ ਮੈਨੂੰ ਨੋਟਿਸ ਦਿੱਤਾ ਬਿਨਾਂ ਗੱਲ ਤੋਂ, ਮੈਂ ਪੁੱਛਿਆ ਵੀ ਮੈਂ ਕਿਹਾ ਮੇਰਾ ਕਸੂਰ ਕੀ ਹੈ? ਕਹਿੰਦੇ ਕਸੂਰ ਤਾਂ ਕੋਈ ਗੱਲ ਨਹੀਂ ਹੈ, ਕੋਈ ਕਸੂਰ ਨਹੀਂ ਹੈ, ਤੇਰੀ ਲੋੜ ਨਹੀਂ ਸਾਨੂੰ। ਮੈਂ ਕਿਹਾ ਥੈਂਕ ਯੂ ਸੋ ਮੱਚ, ਸਤਿ ਸ਼੍ਰੀ ਅਕਾਲ ਬੁਲਾਤੀ ਜੀ। ਹੁਣ ਆਪਾਂ ਆਵਾਂਗੇ ਮੁੱਦਿਆਂ ਤੇ, ਜੋ ਕੌਨਸਪਰੇਸੀ ਚੱਲ ਰਹੀ ਹੈ, ਹੀਅਰਸੇ ਚੱਲ ਰਹੀਆਂ ਨੇ, ਬੜਾ ਕੁਛ ਹੈ, ਕਲੈਰਿਟੀ ਲਵਾਂਗੇ। ਹਾਂ ਸੋ ਕਲੈਰਿਟੀ ਫਸਟ ਸ਼ੁਰੂਆਤ ਇੱਥੋਂ ਹੀ ਕਰਾਂਗੇ ਕਿ ਲੋਕਾਂ ਨੇ ਇਹ ਕਿਹਾ ਕਿ ਜੀ ਇਹ ਸਾਰਾ ਪਲਾਨ ਸੀਗਾ ਕਿ ਤੁਹਾਡਾ ਅਕਾਲੀ ਦਲ ਤੋਂ ਬਾਹਰ ਆਉਣਾ, ਕਿਉਂਕਿ ਇਹ ਪਲਾਨ ਸੀਗਾ ਕਿ ਤੁਸੀਂ ਕਾਂਗਰਸ ਜੁਆਇਨ ਕਰੋਗੇ। ਇਹਦੇ ਵਿੱਚ ਕੀ ਕਹੋਗੇ? ਸੁਣੋ, ਇਹ ਤਾਂ ਮੈਨੂੰ ਨਹੀਂ ਪਤਾ ਸੀ ਕਿ ਮੈਂ ਕਾਂਗਰਸ ਜੁਆਇਨ ਕਰ ਰਿਹਾ। ਜਦੋਂ ਮੈਨੂੰ ਅਕਾਲੀ ਦਲ ਮੈਂ ਛੱਡਿਆ, ਮੈਨੂੰ ਸ਼ੋਕੋਸ ਨੋਟਿਸ ਦਿੱਤਾ, ਉਦੋਂ ਮੈਂ ਪਾਰਟੀ ਨੂੰ ਅਲਵਿਦਾ ਕਹਿਤਾ ਜੀ ਕਿ ਵੀ ਮੈਂ ਵਾਈਸ ਪ੍ਰੈਜ਼ੀਡੈਂਟ ਦੇ ਤੌਰ 'ਤੇ ਰਿਜ਼ਾਈਨ ਕਰਦਾ, ਮੈਂ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਾਇਮਰੀ ਮੈਂਬਰਸ਼ਿਪ ਤੋਂ ਰਿਜ਼ਾਈਨ ਕਰਕੇ ਮੈਂ ਅੱਜ ਤੋਂ ਬਾਅਦ ਅਕਾਲੀ ਦਲ ਨਾਲ ਮੇਰਾ ਕੋਈ ਵਾਸਤਾ ਨਹੀਂ ਹੈ। ਉਹ ਮੈਨੂੰ ਯਾਦ ਹੈ ਕਿਉਂਕਿ ਤੁਸੀਂ ਇਸ ਜਿਸ ਜਗ੍ਹਾ ਆਪਾਂ ਬੈਠੇ ਹਾਂ ਇੱਥੇ ਤੁਸੀਂ ਪ੍ਰੈਸ ਕਾਨਫਰੰਸ ਕੀਤੀ ਸੀ। ਹਾਂ, ਲੇਕਿਨ ਇਹ ਟਾਈਮਿੰਗ ਬੜੀ ਔਡ ਹੈ। ਹਾਂਜੀ, ਇਹ ਟਾਈਮਿੰਗ ਬੜੀ ਔਡ ਹੈ। ਟਾਈਮਿੰਗ ਕਿਉਂ ਔਡ ਹੈ? 6 ਮਹੀਨੇ ਪਹਿਲਾਂ, ਅਰਾਊਂਡ 6-7 ਮਹੀਨੇ ਦੀ ਗੱਲ ਹੀ ਹੈ। ਹਾਂ, ਅਕਤੂਬਰ, ਸਪਟੰਬਰ ਅਕਤੂਬਰ ਦੀ ਗੱਲ ਹੈ। ਹਾਂ, 6 ਮਹੀਨੇ ਪਹਿਲਾਂ ਤੁਸੀਂ ਉੱਥੋਂ ਰਿਜ਼ਾਈਨ ਕੀਤਾ, ਫਿਰ ਇੱਥੋਂ ਹੁਣ ਤੁਸੀਂ ਕਾਂਗਰਸ ਦੇ ਉਮੀਦਵਾਰ ਆ ਗਏ। ਹਾਂਜੀ, ਠੀਕ ਹੈ। 6 ਮਹੀਨੇ ਤੁਸੀਂ ਇਹ ਪ੍ਰਜ਼ੂਮ ਕਰ ਰਹੇ ਹੋ ਕਿ 6 ਮਹੀਨੇ ਪਹਿਲਾਂ ਇਹ ਕੌਨਸਪਰੇਸੀ ਹੈਚ ਹੋਈ, ਪਰ ਉਦੋਂ ਕੌਨਸਪਰੇਸੀ ਹੈਚ ਕਿਹਨੇ ਕਿਹਨੇ ਕੀਤੀ, ਮੈਨੂੰ ਇਹ ਤਾਂ ਦੱਸ ਦਿਓ ਸਰ। ਨਹੀਂ, ਮੈਂ ਇਹੀ ਕਹਿੰਦਾ ਕਿ ਅਕਾਲੀ ਦਲ ਤੇ ਕਾਂਗਰਸ ਮਿਲ ਕੇ ਇਹ ਕੌਨਸਪਰੇਸੀ ਕਰ ਰਹੇ ਸੀ। ਨਹੀਂ, ਹੁਣ ਦੇਖੋ, ਇਹ ਮੈਂ ਤੁਹਾਨੂੰ ਇੱਕ ਕਾਊਂਟਰ ਕੁਐਸਚਨ ਪੁੱਛ ਰਿਹਾ ਕਿ 6 ਮਹੀਨੇ ਕੀ ਗੱਲ? ਸੁਣੋ ਜੀ, ਲੈਟ ਅਸ ਬੀ ਰਿਅਲਿਸਟਿਕ ਇਨ ਲਾਈਫ। ਇਹ ਕੋਈ ਬੱਚਿਆਂ ਵਾਲਾ ਖੇਡ ਤਾਂ ਹੈ ਨੀਗਾ, ਠੀਕ ਹੈ ਨਾ, ਕਿ ਮੈਂ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਮੈਂ ਕੌਨਸਪਰੇਸੀ ਦੇ ਹੇਠ ਮੈਂ ਅਕਾਲੀ ਕਾਂਗਰਸ ਜੁਆਇਨ ਕਰਕੇ, ਅਤੇ ਕਾਂਗਰਸ ਇੰਨੀ ਪੁਰਾਣੀ ਪਾਰਟੀ, ਇੰਨਾ ਕੁਛ ਉਹਨਾਂ ਕੋਲ ਸਿਸਟਮ, ਠੀਕ ਹੈ ਨਾ, ਵਰ ਦੇ ਆਲਸੋ ਪਾਰਟ ਆਫ ਦੀ ਕੌਨਸਪਰੇਸੀ, ਦੇ ਡਿਡ ਨੋਟ ਨੋ ਅਬਾਊਟ ਦੀ ਕੌਨਸਪਰੇਸੀ। ਹੂ ਹੈਲਪ ਯੂ? ਕਿਹਨੇ ਮਦਦ ਕੀਤੀ ਤੁਹਾਡੀ ਟਿਕਟ ਵਾਸਤੇ? ਟਿਕਟ ਵਾਸਤੇ ਸਮੁੱਚੀ ਕਾਂਗਰਸ ਦੀ ਲੀਡਰਸ਼ਿਪ ਨੇ, ਮਿਸਿਸ ਸੋਨੀਆ ਗਾਂਧੀ, ਖਰਗੇ ਸਾਹਿਬ, ਰਾਹੁਲ ਜੀ, ਰਾਜਾ ਵੜਿੰਗ ਜੀ ਅਤੇ ਪ੍ਰਤਾਪ ਜੀ, ਸਾਰਿਆਂ ਨੇ ਯੂਨੈਨਮਸਲੀ ਕਿਹਾ ਕਿ ਜੀਤ ਮਹਿੰਦਰ ਸਿੰਘ ਸਿੱਧੂ ਇਜ਼ ਦੀ ਐਸ ਪਰ ਆਰ ਸਰਵਿਸ, ਐਸ ਪਰ ਦੀ ਲਾਈਕਿੰਗ ਆਫ ਦੀ ਪੀਪਲ, ਕਾਂਗਰਸ ਵਰਕਰ, ਜੀਤ ਮਹਿੰਦਰ ਸਿੰਘ ਸਿੱਧੂ ਇਜ਼ ਦੀ ਬੈਸਟ ਕੈਂਡੀਡੇਟ ਫੋਰ ਬਠਿੰਡਾ ਲੋਕ ਸਭਾ। ਕਿਸ ਮੈਰਿਟ 'ਤੇ ਸਰ? ਕਾਕਾ ਪਾਣੀ ਲਿਆ ਗਰਮ ਉਹਨੂੰ, ਕੋਈ ਕੀ ਮੈਰਿਟਸ ਨੇ ਸਰ? ਮੈਰਿਟ, ਮੈਂ 30 ਸਾਲ ਦਾ ਲੋਕ ਸੇਵਾ 'ਚ ਹਾਂ ਜੀ, 4 ਵਾਰ MLA ਰਿਹਾ ਮੈਂ। ਜੇ ਤੁਸੀਂ ਨਿਗਾਹ ਮਾਰੋ, ਕਾਂਗਰਸ ਦਾ ਸੀਨੀਅਰ ਮੋਸਟ ਲੀਡਰ ਹਾਂ ਮੈਂ ਬਠਿੰਡਾ ਜ਼ਿਲ੍ਹੇ 'ਚ ਜੀ। ਓਕੇ, ਬਠਿੰਡਾ ਜ਼ਿਲ੍ਹੇ 'ਚ ਮੈਨੂੰ ਦੱਸੋ ਹੋਰ ਹੈ ਕੌਣ? ਜਦੋਂ ਤੁਹਾਡੀ ਇੰਟਰਵਿਊ ਹੋਈ,
ਹਾਂਜੀ ਕੀ ਹੈ ਕੀ ਮੈਰਿਟਸ ਤੁਸੀਂ ਆਪਦੇ ਵੱਲੋਂ ਮੈਰਿਟਸ ਦੱਸੇ ਹੋਣਗੇ ਕਿਉਂਕਿ ਕਾਂਗਰਸ ਦੇ ਵਿੱਚ ਤਾਂ ਸਾਰਾ ਕੁਝ ਫਿਲ ਹੁੰਦਾ ਹੈ ਪ੍ਰੋਪਰ ਤੁਸੀਂ ਐਪਲੀਕੇਸ਼ਨ ਮੈਂ ਐਪਲੀਕੇਸ਼ਨ ਦਿੱਤੀ ਹੈ ਗੋਸੀ ਦੀ ਐਪਲੀਕੇਸ਼ਨ ਓਕੇ ਸਰ ਤੁਸੀਂ ਦੱਸੋ ਸਰ ਲੋਕ ਜਾਣਨਾ ਚਾਹੁੰਦੇ ਨੇ ਨਹੀਂ ਐਪਲੀਕੇਸ਼ਨ ਤਾਂ ਸਾਰਾ ਕੁਝ ਆਪਦਾ ਬਾਇਓਡਾਟਾ ਹੀ ਲਿਖਿਆ ਜਾਂਦਾ ਹੈ ਰਿਕੁਐਸਟ ਕੀਤੀ ਜਾਂਦੀ ਹੈ ਮੈਰਿਟਸ ਦੱਸੇ ਹੋਣਗੇ ਤੁਸੀਂ ਹਾਂ ਮੈਂ ਦੱਸੀ ਹੈ ਮੈਰਿਟਸ ਦੱਸੇ ਹੈ ਡੀਮੈਰਿਟਸ ਵੀ ਦੱਸਣੇ ਪੈਂਦੇ ਨੇ ਸੋ ਕੀ ਸੀ ਉਹਨਾਂ ਨੂੰ ਪਤਾ ਸੀ ਕਿ ਆਈ ਹੈਵ ਲੈਫਟ ਦੀ ਪਾਰਟੀ ਮਤਲਬ ਆਈ ਹੈਵ ਜੁਆਇਨਡ ਦੀ ਪਾਰਟੀ ਰੀਸੈਂਟਲੀ ਜੀ ਠੀਕ ਹੈ ਨਾ ਬਟ ਆਈ ਹੈਵ ਬੀਨ ਓਲਡ ਕਾਂਗਰਸਮੈਨ ਮੇਰੇ ਹਲੇ ਵੀ ਗ੍ਰਾਸ ਰੂਟ ਲੈਵਲ ਤੇ ਉਹ ਕਾਂਗਰਸ ਵਰਕਰ ਮੇਰੇ ਨਾਲ ਜੁੜੇ ਆ ਕੁਛ ਮੇਰੀ ਆਪਦੀ ਪਰਸਨਲ ਵੋਟ 4-5 ਹਲਕਿਆਂ 'ਚ ਆਪਦੀ ਹੈਗੀ ਸੋ ਉਹ ਸਰਵੇ ਕਰਵਾਇਆ ਤੇ ਉਹ ਟਿਕਟ ਦੇ ਤਾਂ ਹੁਣ ਗੱਲ ਇਹ ਹੈ ਕਿ ਹੁਣ ਟਿਕਟ ਮਿਲ ਗਿਆ ਹੁਣ ਮਤਲਬ ਦਿਸ ਥਿੰਗ ਸ਼ੁੱਡ ਬੀ ਓਵਰ ਹੁਣ ਲੈਟਸ ਮੂਵ ਔਨ ਐਂਡ ਵੀ ਨੀਡ ਟੂ ਵਿਨ ਦੀ ਸੀਟ ਫੋਰ ਦੀ ਕਾਂਗਰਸ ਗੱਲ ਇੱਥੇ ਹੈ ਚਲੋ ਸੋ ਲੈਟਸ ਮੂਵ ਔਨ ਹੁਣ ਮੈਨੂੰ ਇੱਕ ਗੱਲ ਦੱਸੋ ਕੀ ਪਲੈਨਿੰਗ ਹੈ ਤੁਹਾਡੀ ਹਾਊ ਵਿਲ ਯੂ ਵਿਨ ਕਿੱਥੇ ਕਿੱਥੇ ਕਿਵੇਂ ਹਾਊ ਵਿਲ ਆਈ ਵਿਨ ਆਈ ਵਿਲ ਵਿਨ ਵਿਦ ਦ ਵੋਟਸ people will vote for me vote for congress and we will win the seat no I'm saying as agar man lo as a campaign no campaign jime assi campaign chalaune hunne ha campaign chalaun nu main I fought many vidhan sabha elections main vidhan sabha suno patient vidhan sabha elections lade ne lok sabha election lokan de waste ladaye ne koi experience di kami nahi hai main 5-6 lok sabha election ladaye ne so is karke ladaye ri kalle ਮੈਂ ਓਵਰਆਲ ਬਠਿੰਡਾ ਪਾਰਲੀਮੈਂਟ 'ਚ ਲੋਕ ਸਭਾ ਦੀ ਮੈਂ ਆਪਦੇ ਕੈਂਡੀਡੇਟਸ ਨਾਲ ਪਲੈਨਿੰਗ ਐਗਜੀਕਿਊਸ਼ਨ ਸਾਰਾ ਕੁਝ ਮੈਂ ਕਰਦਾ ਰਿਹਾ ਸੋ ਆਈ ਐਮ ਨੋਟ ਨਿਊ ਟੂ ਦ ਗੇਮ ਯਾ ਯੂ ਆਰ ਨੋਟ ਸੋ ਯੂ ਕਾਂਟ ਸੇ ਦੈਟ ਆਈ ਡੋਂਟ ਨੋ ਹਾਊ ਟੂ ਫਾਈਟ ਇਲੈਕਸ਼ਨਸ ਐਵਰੀਬਡੀ ਨੋਜ਼ ਹਾਊ ਟੂ ਫਾਈਟ ਇਲੈਕਸ਼ਨਸ ਹੁਣ ਬੀਜੇਪੀ ਦੀ ਕੈਂਡੀਡੇਟ ਆਈ ਹੈ ਤੁਸੀਂ ਉਹਨੂੰ ਪੁੱਛਿਆ ਕਿ ਕੋਈ ਕੌਨਸਪਰੇਸੀ ਸਰ ਨੈਕਸਟ ਸੋ ਮੈਂ ਆਮ ਜਸਟ ਸੇਇੰਗ ਤੇ ਦੂਜਾ ਆਇਆ ਕੀ ਨਾ ਹੋਏ ਦਾ ਖੁੱਡੀਆਂ ਠੀਕ ਹੈ ਉਹਦਾ ਪਾਰਲੀਮੈਂਟ ਦਾ ਕੀ ਐਕਸਪੀਰੀਅੰਸ ਹੈ ਤੁਸੀਂ ਵਾਈ ਡੂ ਯੂ ਟਾਰਗੇਟ ਜੀਤਮਿੰਦਰ ਸਿੰਘ ਸਿੱਧੂ ਕਿ ਹੀ ਡਸ ਨਾਟ ਹੈਵ ਦੀ ਐਕਸਪੀਰੀਅੰਸ ਵਾਟ ਐਕਸਪੀਰੀਅੰਸ ਡਸ ਖੁੱਡੀਆ ਸਾਹਿਬ ਹੈਵ ਟੂ ਫਾਈਟ ਕੁਐਸਚਨ ਹੁੰਦਾ ਨਾ ਆਈ ਮੀਨ ਇਫ ਯੂ ਆਸਕ ਅ ਕੁਐਸਚਨ ਆਈ ਐਮ ਨਾਟ ਸੇਇੰਗ ਕਿ ਤੁਹਾਡੇ ਕੋਲ ਐਕਸਪੀਰੀਅੰਸ ਨਹੀਂ ਹੈ ਕਿਉਂਕਿ ਮੈਂ ਤਾਂ ਇਹ ਗੱਲ ਕਹਿ ਨਹੀਂ ਰਿਹਾ ਕਿਉਂਕਿ ਮੇਰਾ ਅਗਲਾ ਕੁਐਸਚਨ ਇਹੀ ਸੀਗਾ ਕਿ ਤੁਸੀਂ ਇੱਕ ਪਾਸੇ ਇੱਕ ਟਾਈਮ ਤੇ ਮੰਨਿਆ ਜਾਂਦਾ ਸੀ ਕਿ ਇਸ ਹਲਕੇ ਦੇ ਵਿੱਚ ਠੀਕ ਹੈ ਇਸ ਬਾਦਲ ਸਾਹਿਬ ਦੇ ਬਾਦਲ ਮੈਡਮ ਬਾਦਲ ਦੇ ਜੋ ਵੀ ਜਿੰਨੀ ਜੋ ਉਹਨਾਂ ਦਾ ਕੈਂਪੇਨ ਸੀ ਉਹਦੇ ਵਿੱਚ ਤੁਸੀਂ ਬਹੁਤ ਇੰਟੀਗਰਲ ਪਾਰਟ ਸੀਗੇ ਤੁਹਾਡਾ ਬਹੁਤ ਬੈਕਅਪ ਸੀ ਤੁਹਾਡੇ ਕੋਲ ਵੋਟਾਂ ਬਹੁਤ ਸੀ ਜਿਹੜੇ ਤੁਸੀਂ ਟ੍ਰਾਂਸਫਰ ਕਰਵਾਉਂਦੇ ਸੀਗੇ ਠੀਕ ਹੈ ਇਹ ਮੰਨਿਆ ਜਾ ਰਿਹਾ ਠੀਕ ਹੈ ਸਫੋਲਜੀ ਦੇ ਵਿੱਚ ਮੰਨਿਆ ਜਾ ਰਿਹਾ ਕੈਂਪੇਨਸ ਜਿਹੜੇ ਰਨ ਕਰ ਰਹੇ ਉਹ ਮੰਨਦੇ ਨੇ ਠੀਕ ਹੈ ਔਰ ਇਹ ਵੀ ਕਿਹਾ ਜਾ ਰਿਹਾ ਕਿ ਉਹ ਵੋਟਾਂ ਹੁਣ ਤੁਹਾਡੇ ਨਾਲ ਕਿੰਨੀਆਂ ਕੁ ਜਾਣਗੀਆਂ ਉਹਦੇ ਤੇ ਕੈਲਕੂਲੇਸ਼ਨਸ ਹੋ ਰਹੀਆਂ ਨੇ ਕਰ ਲੈਂਦੇ ਹੋ ਠੀਕ ਹੈ ਦੈਟਸ ਦੇ ਜੋਬ ਸੋ ਮੈਂ ਆਮ ਨੋਟ ਸੇਇੰਗ ਕਿ ਤੁਹਾਡੇ ਕੋਲ ਐਕਸਪੀਰੀਅੰਸ ਨਹੀਂ ਅਗਰ ਵੋਟ ਟ੍ਰਾਂਸਫਰ ਕਰਾਉਣ ਦਾ ਐਕਸਪੀਰੀਅੰਸ ਹੈ ਤਾਂ ਹੀ ਵੋਟ ਟ੍ਰਾਂਸਫਰ ਹੁੰਦੀ ਹੈ ਸਰ ਨਹੀਂ ਤਾਂ ਤੁਸੀਂ ਕਿਸੇ ਹੋਰ ਨੂੰ ਵੋਟ ਨਹੀਂ ਪਵਾ ਸਕਦੇ ਬਿਲਕੁਲ ਮੈਂ ਐਕਸਪੀਰੀਅੰਸ ਉੱਤੇ ਕੁਐਸਚਨ ਨਹੀਂ ਕਰ ਰਿਹਾ ਮੇਰਾ ਕਹਿਣ ਦਾ ਮਤਲਬ ਇਹ ਸੀ ਕਿ ਤੁਹਾਡਾ ਟਾਰਗੇਟ ਕੀ ਹੋਏਗਾ ਤੁਹਾਨੂੰ ਕੀ ਲੱਗ ਰਿਹਾ ਤੁਹਾਨੂੰ ਯੂ ਦੇਣਗੇ ਜੀ ਦੈਟ ਆਈ ਹੈਵ ਟੂ ਵਿਨ ਦ ਇਲੈਕਸ਼ਨ ਫਾਰ ਦੀ ਕਾਂਗਰਸ ਐਂਡ ਬਿਕਮ ਅ ਮੈਂਬਰ ਪਾਰਲੀਮੈਂਟ ਐਂਡ ਦਿੱਲੀ ਜਾ ਕੇ ਲੋਕਾਂ ਦੀ ਸੇਵਾ ਕਰਾਂ ਇਹ ਮੇਰਾ ਟਾਰਗੇਟ ਹੈ ਪੈਸੇ ਨੇ ਕਿੰਨਾ ਕੁ ਰੋਲ ਅਦਾ ਕੀਤਾ ਨਹੀਂ ਤੁਸੀਂ ਮੈਂ ਸਰ ਕੁਐਸਚਨ ਪੁੱਛੋ ਸੁਣੋ ਪਹਿਲਾਂ ਮੇਰਾ ਕੁਐਸਚਨ ਇਹ ਹੈ ਕਿ ਪੈਸੇ ਨੇ ਕੀ ਤੁਹਾਡੇ ਕੋਲ ਪੈਸਾ ਹੈ ਤੁਸੀਂ ਖਰਚ ਕਰ ਸਕਦੇ ਹੋ ਹੂ ਸੇਜ਼ ਮੇਰੇ ਕੋਲ ਪੈਸਾ ਤੁਹਾਡੇ ਕੋਲ ਰਿਸੋਰਸ ਨਹੀਂ ਨਹੀਂ ਹੈਵ ਯੂ ਸੀਨ ਮਾਈ ਬੈਂਕ ਬੈਲੈਂਸ ਨੋ ਹੈਵ ਯੂ ਸੀਨ ਵਾਟ ਬਿਜ਼ਨਸ ਆਈ ਡੂ ਨੋ ਫਿਰ ਹਾਊ ਕੈਨ ਯੂ ਸੇ ਕਿ ਤੁਹਾਡੇ ਕੋਲ ਬਹੁਤ ਪੈਸਾ ਹੈ ਜਾਂ ਪੈਸਾ ਹੈ ਜੀ ਮਤਲਬ ਇਹ ਤੁਸੀਂ ਆਈਡੀਆ ਕਿੱਥੋਂ ਲਿੱਤਾ ਕਿ ਜੀਤਮਿੰਦਰ ਸਿੰਘ ਕੋਲ ਬਹੁਤ ਪੈਸਾ ਹੈ ਰਿਸੋਰਸਿਸ ਨਹੀਂ ਹੈ ਜੀਤਮਿੰਦਰ ਨਹੀਂ ਨਹੀਂ ਦੈਟ ਇਜ਼ ਮਾਈ ਓਨ ਪਰਸਨਲ ਥਿੰਗ ਪਰ ਤੁਸੀਂ ਮੈਨੂੰ ਜਿਹੜਾ ਕੁਐਸਚਨ ਕੀਤਾ ਹੈ ਜਸਟ ਨੇਮ ਆ ਫਿਊ
ਸਰ ਦੇਖੋ ਨਹੀਂ ਯੂ ਨੇਮਿੰਗ ਦੇਖੋ ਗੱਲ ਸੁਣੋ ਵੈਨ ਯੂ ਨੇਮਿੰਗ ਪਬਲਿਕ ਇਜ਼ ਅਬਵ ਐਵਰੀਥਿੰਗ ਨੋ ਆਈ ਐਮ ਸੇਇੰਗ ਪਬਲਿਕਲੀ ਤਾਂ ਕੋਈ ਮੰਨਦਾ ਹੀ ਨਹੀਂ ਹੁੰਦਾ ਨਾ ਸਰ ਕੌਣ ਮੰਨੇਗਾ ਕਿ ਪੈਸੇ ਦੇ ਕੇ ਮੈਂ ਟਿਕਟ ਲਈ ਅੱਜ ਤੱਕ ਤਾਂ ਕੋਈ ਮੰਨੇਗਾ ਨਹੀਂ ਕੁਐਸਚਨ ਇਰਰੇਲੇਵੈਂਟ ਹੈ ਜੀ ਸੋ ਆਈ ਐਮ ਜਸਟ ਆਸਕਿੰਗ ਯੂ ਯੈਸ ਔਰ ਨੋ ਯੂ ਸ਼ੁਡ ਨੋ ਇਟ ਬੈਟਰ ਤੁਸੀਂ ਪੜ੍ਹੇ ਲਿਖੇ ਬੰਦੇ ਹੋ ਇਸ ਲੈਵਲ ਤੇ ਇਹੋ ਜਿਹੀਆਂ ਗੱਲਾਂ ਹੁੰਦੀਆਂ ਹੁੰਦੀਆਂ ਇਜ਼ ਇਟ ਇਜ਼ ਦਿਸ ਅ ਬਿਜ਼ਨਸ ਟੀਮ ਨਹੀਂ ਮਨੀ ਸਪੈਂਡਿੰਗ ਦੀ ਸਪੈਂਡਿੰਗ ਪਾਵਰ ਤਾਂ ਹੁੰਦੀ ਹੈ ਨਾ ਕੈਂਡੀਡੇਟ ਦੀ ਪਤਾ ਨਹੀਂ ਹੈ ਕਿ ਨਹੀਂ ਹੈ ਕੈਂਡੀਡੇਟ ਨੂੰ ਸਪੈਂਡਿੰਗ ਪਾਵਰ ਕਿਸੇ ਨੂੰ ਕੀ ਪਤਾ ਕਿੰਨੀ ਸਪੈਂਡਿੰਗ ਪਾਵਰ ਹੈ ਕਿਸੇ ਕੋਲ ਕਿਸੇ ਨੂੰ ਤਾਂ ਕੁਝ ਨਹੀਂ ਪਤਾ ਨਾ ਮੈਂ ਨਾ ਤੁਹਾਨੂੰ 5 ਮਿੰਟ 5-6 ਕੁਐਸਚਨਸ ਆਣਗੇ ਜਿਹੜੇ ਤੁਸੀਂ ਯੈਸ ਨੋ ਜਾਂ ਬਿਲਕੁਲ ਇੱਕ ਲਾਈਨ ਚ ਆਨਸਰ ਦੇਣਾ ਚਲੋ ਠੀਕ ਹੈ ਔਰ ਲਾਈਟ ਹਾਰਟਡਲੀ ਹੈ ਹਾਂ ਹਾਂ ਬਿਲਕੁਲ ਸੋ ਲਾਈਟ ਹਾਰਟਡਲੀ ਪਹਿਲਾ ਵਟ ਇਜ਼ ਯੋਰ ਟੋਟਲ ਵਰਥ ਕਿ ਅਗਰ ਲੋਕ ਜਿਹੜੇ ਤੁਹਾਨੂੰ ਪਤਾ ਨਹੀਂ ਆਈ ਵੁਡ ਲਾਈਕ ਟੂ ਡਿਸਕਲੋਜ਼ ਇਟ ਇਟ ਵਿਲ ਬੀ ਔਨ ਦ ਐਫੀਡੇਵਿਟ ਔਨ ਦ ਐਫੀਡੇਵਿਟ ਆਫ ਮਾਈ ਨੋਮੀਨੇਸ਼ਨ ਪੇਪਰਸ ਓਕੇ ਸੋ ਹਾਊ ਮੈਨੀ ਕਾਰਸ ਡੂ ਯੂ ਓਨ ਵਨ ਵਨ ਓਕੇ ਐਂਡ ਵਟ ਕਾਈਂਡ ਆਫ ਟੇਲਰ ਯੂ ਯੂਜ਼ ਵਟ ਕਾਈਂਡ ਆਫ ਟੇਲਰ ਯੂ ਯੂਜ਼ ਮੈਂ ਪੰਜਾਬੀ ਚ ਆਣਾ ਟੇਲਰ ਹਾਂਜੀ ਮੈਂ ਪੰਜਾਬੀ ਚ ਆਣਾ ਕਿਉਂਕਿ ਟੇਲਰ ਹਾਂ ਕੁੜਤੇ ਪਜਾਮੇ ਦਾ ਟੇਲਰ ਮੇਰਾ ਵਿਚਾਰਾ ਘਰ ਆ ਜਾਂਦਾ ਹੈਗਾ ਅੱਛਾ ਪੁਰਾਣਾ 25-30 ਸਾਲ ਤੋਂ ਮੇਰੇ ਕੁੜਤੇ ਪਜਾਮੇ ਸੌਂਦਾ ਹੈਗਾ ਠੀਕ ਹੈ ਪੁਰਾਣਾ ਹੈਗਾ ਪੁਰਾਣਾ ਰੱਖਿਆ ਹੈ ਕਿ ਨਵਾਂ ਕਦੇ ਕੋਈ ਫੜਿਆ ਨਹੀਂ ਨਹੀਂ ਇੱਕੋ ਹੀ ਹੈ ਜੀ ਇੱਕੋ ਹੀ ਹੈ ਇੱਕੋ ਹੀ ਸਾਈਜ਼ ਹੈ ਉਹ ਥੋੜਾ ਮੋਟਾ ਦੇਖ ਲੈਂਦਾ ਕਿ ਕਦੇ ਵੱਧ ਗਿਆ ਕਦੇ ਘਟ ਗਿਆ ਦੈਟਸ ਅਬਾਊਟ ਇਟ ਓਕੇ ਐਨੀ ਕੋਈ ਹੈਲਥ ਇਸ਼ੂਸ ਚੱਲ ਰਹੇ ਨੇ ਸਰ ਨੋਟ ਸੋ ਫਾਰ ਬਸ ਆਹੀ ਹੈ ਬੋਲ ਬੋਲ ਕੇ ਗਲਾ ਥੋੜਾ ਜਿਹਾ ਬੈਠਿਆ ਹੋਇਆ ਕੋਈ ਬੀਪੀ ਬੂਪੀ ਆ ਪਾਣੀ ਰੱਖਿਆ ਗਰਮ ਪਾਣੀ ਪੀ ਲੈਂਦੇ ਆ ਅੱਛਾ ਜੀ ਕੋਈ ਬੀਪੀ ਬੂਪੀ ਨਹੀਂ ਸੌਰੀ ਬੀਪੀ ਤੁਸੀਂ ਚੜਾ ਦਿੰਦੇ ਹੋ ਅਦਰਵਾਈਜ਼ ਕੋਈ ਬੀਪੀ ਨਹੀਂ ਹੈ ਤੁਸੀਂ ਹਾਈ ਤੁਸੀਂ ਨਾ ਉਹਦੇ ਚ ਲੈ ਰਹੇ ਹੋ ਮੈਂ ਮੰਨਦਾ ਨਹੀਂ ਯੂ نو ਵੈਨ ਵਨ ਫੀਲਸ ਫਰਸਟ੍ਰੇਟਡ ਕਿ ਵੈਨ ਐਲੀਗੇਸ਼ਨਸ ਆਰ ਸੋ ਰੋਂਗ ਵੈਨ ði ਓਪੋਨੈਂਟਸ ਡੋਨਟ ਹੈਵ ਐਨੀਥਿੰਗ ਅਗੇਂਸਟ ਮੀ ਇਨ ਪਰਸਨ ਲਾਈਕ ਮਤਲਬ ਮੇਰੇ ਕੰਮ ਕਾਰ 'ਚ ਜਾਂ ਮੇਰੇ 30 ਸਾਲ 'ਚ ਮੈਂ ਹੁਣ ਦੇਖੋ ਕੋਈ ਮੈਂ ਕਹਿ ਸਕਦਾ ਕਿ ਮੇਰਾ ਛਵੀ ਸਾਫ਼ ਰਹੀ ਹੈ ਮੈਂ ਕਿ ਓਨੈਸਟੀ ਨਾਲ ਡੈਡੀਕੇਸ਼ਨ ਨਾਲ ਕੰਮ ਕੀਤਾ ਹੈ ਫਿਰ ਨਵੀਆਂ ਗੱਲਾਂ ਯੂ ਨੋ ਇੱਕ ਫੈਕਟਰੀ ਚੱਲਦੀ ਹੈ ਰੂਮਰਸ ਵਟਸਐਪ ਕਿ ਦੱਬਦੇ ਹੋਏ ਸਰਟਨ ਇੰਟਰਸਟ ਚੱਲਦੇ ਨੇ ਕਿ ਜੀ ਕਿਵੇਂ ਬਦਨਾਮ ਕੀਤਾ ਜਾਵੇ ਸੋ ਉਹ ਪ੍ਰਚਾਰ ਚੱਲ ਰਿਹਾ ਝੂਠ ਪ੍ਰਚਾਰ ਕਹਿ ਲਓ ਹੋਰ ਕੁਛ ਨਹੀਂ ਹੈ ਜੀ ਇਹਦੇ 'ਚ ਦੇ ਪੀਪਲ ਗੱਲ ਸੁਣੋ ਲੋਕਾਂ ਨੂੰ ਵੀ ਪਤਾ ਹੈ ਕਿ ਜੀਤ ਮਹਿੰਦਰ ਦੀ ਕੀ ਵਰਥ ਹੈ ਲੋਕਾਂ ਨੂੰ ਪਤਾ ਹੈ ਜੀਤ ਮਹਿੰਦਰ ਪਿਛਲੇ 30 ਸਾਲ ਤੋਂ ਕੀ ਕੰਮ ਕਰ ਰਿਹਾ ਕਿਸ ਤਰੀਕੇ ਨਾਲ ਲੋਕਾਂ 'ਚ ਵਿਚਰਦਾ ਸੋ ਲੋਕੀ ਦੇਖੋ ਲੋਕਾਂ ਕੋਲ ਤਾਂ ਕੰਮ ਹੈ ਬੋਲਣਾ ਬੋਲੀ ਜਾਣਗੇ ਅਸੀਂ ਆਪਦਾ ਹੀ ਚਾਲ 'ਚ ਚੱਲੀ ਜਾਂਦੇ ਹਾਂ ਲੋਕਾਂ ਦੇ ਕੰਮ ਕਰੀ ਜਾਂਦੇ ਹਾਂ ਹੁਣ ਵਿਚਰ ਰਹੇ ਹਾਂ ਵੋਟਾਂ ਆਪਦਾ ਏਜੰਡਾ ਸਾਡਾ ਇੱਕ ਹੈ ਕਿ ਵੋਟਾਂ ਮੰਗ ਕੇ ਅਸੀਂ ਕਾਮਯਾਬ ਹੋਣਾ ਕੀ ਲੋਕਲ ਇਸ਼ੂਜ਼ ਨੇ ਕੀ ਲੋਕਲ ਮੁੱਦੇ ਨੇ ਤੁਹਾਡੇ ਬਹੁਤ ਮੁੱਦੇ ਨੇ ਕੀ ਸਰ ਕੁਝ ਦੱਸੋ ਸੈਂਟਰ ਦੇ ਮੁੱਦੇ ਜਿਹੜੇ ਹੈ ਨਾ ਉਹੀ ਕਹਿ ਦਿੰਦਾ ਗੱਲ ਫਿਰ ਉੱਥੇ ਆ ਜਾਂਦੀ ਹੈ ਹੈਲਥ ਹੈ ਐਜੂਕੇਸ਼ਨ ਹੈ ਅਨਇੰਪਲੋਇਮੈਂਟ ਹੈ ਠੀਕ ਹੈ ਸਾਡਾ ਹੁਣ ਜਿਹੜਾ ਮੈਨੀਫੈਸਟੋ ਆਇਆ ਹੈ ਕਾਂਗਰਸ ਦਾ ਕਿੰਨਾ ਵਧੀਆ ਮੈਨੀਫੈਸਟੋ ਆਇਆ ਐਂਡ ਵੀਲ ਮੇਕ ਸ਼ੋਰ ਲੋਕ ਨਾ ਹੁਣ ਵਿਸ਼ਵਾਸ ਕਰਨਾ ਛੱਡ ਗਏ ਕਿ ਜੀ ਪਾਰਟੀਆਂ ਮੈਨੀਫੈਸਟੋ ਬਣਾ ਦਿੰਦੀਆਂ ਵੱਡੇ ਵੱਡੇ ਵਾਅਦੇ ਕਰ ਦਿੰਦੀਆਂ ਬਟ ਆਈ ਸਟਿਲ ਫੀਲ ਕਿ ਰਾਹੁਲ ਗਾਂਧੀ ਇਜ਼ ਵਨ ਪੋਲੀਟੀਸ਼ੀਅਨ ਇਫ ਹੀ ਸੇਜ਼ ਸਮਥਿੰਗ ਹੀ ਵਿਲ ਡਿਲੀਵਰ ਉਹ ਝੂਠ ਨਹੀਂ ਤੁਸੀਂ ਕਦੇ ਦੇਖ ਲਿਓ ਹੀ ਇਜ਼ ਅ ਮੈਨ ਹੂ ਇਜ਼ ਓਨੈਸਟ ਫਰੋਮ ਦੀ ਹਾਰਟ ਹੀ ਸਪੀਕਸ ਥਰੂ ਹਿਜ਼ ਹਾਰਟ ਜਿਹੜੀ ਗੱਲ ਕਰਦਾ ਸੋ ਹੁਣ ਜੋ ਮੈਨੀਫੈਸਟੋ ਬਣਾਇਆ ਸੋਚ ਕੇ ਬਣਾਇਆ ਅਤੇ ਜਿਹੜੇ ਮੈਨੀਫੈਸਟੋ ਦੇ ਵਿੱਚ ਚੀਜ਼ਾਂ ਲਿਖੀਆਂ ਨੇ ਗੁਰੂ ਮਹਾਰਾਜ ਕਿਰਪਾ ਕਰੇ ਲੋਕਾਂ ਦਾ ਸਾਥ ਮਿਲ ਜੇ ਅਸੀਂ ਐਮ ਪੀ ਬਣ ਜੇ ਵੀਲ ਮੇਕ ਸ਼ੋਰ ਦੈਟ everything is implemented and ode naal it will be a game changer in india not only punjab in india punjab de ta specific ek msp dekho punjab karke payi hai bilkul badi badi gall hai ji jehdi 10 saal bjp ne laare la ke sir laara shuru ta congress ta hi hoya si chalo
ਸ਼ੁਰੂਆਤ ਤਾਂ ਕਾਂਗਰਸ ਤੋਂ ਇਸ ਲਾਰੇ ਦੀ ਜਿਹੜੀ ਸ਼ੁਰੂਆਤ ਉਹ ਕਾਂਗਰਸ ਤੋਂ ਹੋਈ ਸੀ। ਚਲੋ ਐਕਟ ਇੰਪਲੀਮੈਂਟ ਹੋ ਜਾਵੇ, ਵਧੀਆ ਗੱਲ ਹੈ, ਕੀ ਕਵਾਂਗੇ ਇੰਪਲੀਮੈਂਟ ਹੋਵੇ ਅੱਛੀ ਗੱਲ ਹੈ, ਕਿਉਂਕਿ ਸਾਰਿਆਂ ਨੂੰ ਫਾਇਦਾ ਹੈ। ਬਿਲਕੁਲ। ਹੁਣ ਇਹਦੇ 'ਚ ਇੱਕ ਠੀਕ ਹੈ, ਜੋ ਰਾਹੁਲ ਗਾਂਧੀ ਨੇ ਕਹੀ ਜਾਂ ਜੋ ਤੁਹਾਡੇ ਉਹ ਗਰੰਟੀ ਕਾਰਡ ਜਾਂ ਜੋ ਵੀ ਮਤਲਬ ਜੋ ਵੀ ਕਹਿ ਰਿਹਾ ਮੈਨੀਫੈਸਟੋ ਕਹਿ ਰਿਹਾ, ਅਤੇ ਉਹਦੇ ਵਿੱਚ ਉਹਨਾਂ ਦੀ ਗਰੰਟੀਜ਼ ਨੇ ਜਾਂ ਉਹਨਾਂ ਨੇ ਵਾਅਦੇ ਕੀਤੇ ਨੇ, ਲੋਕਲ ਬਠਿੰਡਾ ਦੇ ਵਿੱਚ ਤੁਹਾਡੇ ਕੋਲ ਕਿਹੜੇ ਮੁੱਦੇ ਨੇ ਜਿਹੜਾ ਤੁਸੀਂ ਆਪਦੇ ਪਰਸਨਲ ਤੌਰ 'ਤੇ ਚਾਹੋਗੇ ਕਿ ਜੀ ਮੈਂ ਅਗਰ ਜਿੱਤਿਆ ਤਾਂ ਮੈਂ ਕਰਾਊਂਗਾ? ਬਠਿੰਡੇ 'ਚ ਐਜ਼ ਇਟ ਇਜ਼ ਇੱਕ ਐਜੂਕੇਸ਼ਨ ਹੱਬ ਬਣਨਾ ਚਾਹੀਦਾ, ਇੱਕ ਇੰਡਸਟਰੀਅਲ ਹੱਬ ਬਣਨਾ ਚਾਹੀਦਾ। ਦੇਖੋ, ਇੱਕ ਪਿਛਲੇ ਸਮੇਂ ਦੇ ਵਿੱਚ ਕੋਈ ਇਹੋ ਜਿਹੀ ਇੰਡਸਟਰੀ ਨਹੀਂ ਲੱਗੀ। ਦੇਖੋ, ਇੰਡਸਟਰੀ ਲੱਗੂਗੀ, ਸਰਕਾਰੀ ਨੌਕਰੀਆਂ ਹਰ ਕਿਸੇ ਨੂੰ ਨਹੀਂ ਮਿਲ ਸਕਦੀ, ਬਿਲਕੁਲ। ਇਟਸ ਅ ਲਿਮਿਟਿਡ ਪੈਕੇਟ, 1-2%, ਠੀਕ ਹੈ ਨਾ, ਦੈਟਸ ਇਟ, ਇਹ ਸਮਝਣਾ ਪਊਗਾ। ਬਿਲਕੁਲ ਬਿਲਕੁਲ। ਅਤੇ MSME ਜਿਹੜੇ ਹੈਗੀਆਂ ਲੱਗਦੀਆਂ ਫੈਕਟਰੀਜ਼ ਜਾਂ ਵੱਡੀਆਂ ਫੈਕਟਰੀਜ਼ ਲੱਗਦੀਆਂ, ਦੇ ਆਰ ਦ ਵਨਸ ਹੂ ਜਨਰੇਟ ਇੰਪਲੋਇਮੈਂਟ। ਸੋ ਯੂ ਨੀਡ ਅ ਪੋਲਿਸੀ। ਹੁਣ ਆਪਣੇ ਦੇਖੋ, ਫੇਲੀਅਰ ਆਫ ਦ ਗਵਰਨਮੈਂਟ ਹੀ ਹੈ ਨਾ, ਕਿੱਡੀ ਵੱਡੀ ਰਿਫਾਇਨਰੀ ਲੱਗੀ ਹੈ ਜੀ, ਡਾਊਨ ਸਟਰੀਮ ਕਿੰਨਾ ਵਧੀਆ ਉੱਥੇ ਇੰਡਸਟਰੀ ਲੱਗ ਸਕਦੀ ਸੀ। ਹਾਂ, ਕਾਫੀ ਡਾਊਨ ਸਟਰੀਮ ਐਂਸਿਲਰੀ ਯੂਨਿਟਸ ਜਿੰਨੇ ਮਰਜ਼ੀ, ਪਲਾਸਟਿਕ ਜਿਹੜਾ ਹੈ, ਮਤਲਬ ਪੈਟਰੋਲੀਅਮ ਪ੍ਰੋਡਕਟਸ, ਪਲਾਸਟਿਕ ਪ੍ਰੋਡਕਟ, ਸੋ ਮਚ, ਡਿਡ ਐਨੀਬਡੀ ਬਾਦਰ ਟੂ ਦਿਸ ਥਿੰਗ? ਗਵਰਨਮੈਂਟ ਆਫ ਇੰਡੀਆ ਕੈਨ ਡੂ ਇਟ, ਕਲਸਟਰ ਆਫ ਇੰਡਸਟਰੀਜ਼ ਬਣਾਓ, ਠੀਕ ਹੈ ਨਾ, ਉਹਦੇ ਨਾਲ ਇੰਪਲੋਇਮੈਂਟ ਹੁੰਦੀ ਹੈ, ਫਰਕ ਪੈਂਦਾ ਹੈ। ਲੋਕ ਇੱਥੋਂ ਪੜ੍ਹ ਕੇ ਟੈਕਨੀਕਲ ਇੰਨੇ ਇੰਜੀਨੀਅਰਿੰਗ ਕਾਲਜਿਸ ਨੇ, ਪੋਲੀਟੈਕਨਿਕਸ ਨੇ, ITIs ਨੇ, ਵੇਅਰ ਆਰ ਦੇ ਗੋਇੰਗ ਟੂ ਗੋ? ਤਾਂ ਹੀ ਤਾਂ ਐਕਸੀਡੈਂਟਸ ਹੋ ਰਹੇ ਕੈਨੇਡਾ ਨੂੰ ਜੀ, ਵਾਈ? ਬਿਕੋਜ਼ ਦੇਰ ਆਰ ਲਿਮਿਟਿਡ ਓਪਰਚੁਨਿਟੀਜ਼ ਹੇਅਰ। ਸੋ ਇਸ ਕਰਕੇ ਵੀ ਨੀਡ ਟੂ ਕੀਪ ਦੀਸ ਯੂਥ ਬੈਕ ਇਨ ਇੰਡੀਆ, ਇਨ ਪੰਜਾਬ। ਦੇਖੋ, ਫਲੋ ਆਫ ਇਕੱਲਾ ਹਿਊਮਨਸ ਨਹੀਂ ਹੋ ਰਿਹਾ, ਪੈਸਾ ਵੀ ਜਾ ਰਿਹਾ ਪੰਜਾਬ, ਬਹੁਤ ਜ਼ਿਆਦਾ ਜਾ ਰਿਹਾ ਪੈਸਾ। ਦੇਖੋ ਕਿੰਨਾ, ਮਤਲਬ ਜੇ 5,000-10,000 crore ਰੁਪਏ ਸਾਲ ਦਾ ਪੰਜਾਬ ਚੋਂ ਬਾਹਰ ਚਲੇ ਜਾਂਦੇ, 20-25 lakh ਪਰ ਪਰਸਨ ਜਾ ਰਿਹਾ ਜਾ ਰਿਹਾ, ਤੁਸੀਂ ਲਾ ਲਓ ਕਿੰਨੇ ਬੱਚੇ ਬਾਹਰ ਜਾਂਦੇ, ਕੈਲਕੂਲੇਟ ਤਾਂ ਕਰੋ। ਪੰਜਾਬ ਦਾ ਇਕੱਲਾ ਇਹ ਨੁਕਸਾਨ ਹੀ ਰੋਕ ਲਈਏ ਨਾ, ਬਿਲਕੁਲ, ਬਹੁਤ ਵੱਡੀ ਗੱਲ ਹੈ ਜੀ। ਸਿੱਧੂ ਸਾਹਿਬ, ਹੁਣ ਆਵਾਂਗੇ ਆਪਾਂ ਦੁਬਾਰਾ ਹੇਅਰ ਸੇ ਤੇ ਆਵਾਂਗੇ, ਔਰ ਮੈਂ ਚਾਹੁੰਦਾ ਤੁਸੀਂ ਬਹੁਤ ਕੂਲ ਤਰੀਕੇ ਨਾਲ ਇਹਨਾਂ ਦਾ ਜਵਾਬ ਦਿਓ। ਜਨਰਲੀ ਨਾ ਕਹਿੰਦੇ ਬਠਿੰਡੇ 'ਤੇ ਨਜ਼ਰ ਰਹੀ ਹੈ ਸਾਲਿਆਂ ਦੀ, ਠੀਕ ਹੈ, ਇਹ ਕੱਲ੍ਹ ਕਿਸੇ ਨੇ ਮੈਨੂੰ ਸਪੈਸ਼ਲ ਦੱਸਿਆ ਇਹ ਗੱਲ ਹੋਈ ਹੈ। ਅੱਛਾ। ਔਰ ਉਹਨਾਂ ਦੀ ਉਹਨਾਂ ਨੂੰ ਗੁੱਸਾ ਸੀ ਇਸ ਗੱਲ ਦਾ ਕਿ ਇਹ ਨਹੀਂ ਹੋਣਾ ਚਾਹੀਦਾ, ਜਦਕਿ ਉਹ ਤੁਹਾਡੇ ਸਪੋਰਟਰ ਨੇ, ਠੀਕ ਹੈ, ਜਿਨ੍ਹਾਂ ਨੇ ਮੈਨੂੰ ਇਹ ਗੱਲ ਕਹੀ ਹੈ, ਠੀਕ ਹੈ। ਔਰ ਮੈਂ ਜਿਹੜੇ ਹੁਣ ਜਿਹੜੇ ਸਵਾਲ ਲਾਉਣਗੇ ਸਾਰੇ ਲੋਕਾਂ ਦੇ ਸਵਾਲ ਹੈ। ਹਾਂਜੀ ਹਾਂ, ਠੀਕ ਹੈ। ਉਹਨਾਂ ਨੇ ਇਹ ਕਿਹਾ ਕਿ ਜੀ ਸਾਲਿਆਂ ਦਾ ਦਬਦਬਾ ਰਿਹਾ, ਪਹਿਲਾਂ ਜੋਜੋ ਸਾਹਿਬ, ਮਨਪ੍ਰੀਤ ਬਾਦਲ ਸਾਹਿਬ ਦੇ ਸਾਲੇ, ਫਿਰ ਰਾਜਾ ਵੜਿੰਗ ਦੇ ਸਾਲਾ ਸਾਹਿਬ ਦਾ ਨਾਮ ਆਉਂਦਾ ਹੈ, ਤੁਹਾਡੇ ਸਾਲਾ ਸਾਹਿਬ ਦਾ ਨਾਮ ਵੀ ਆਉਂਦਾ ਹੈ, ਕੀ ਆਉਣ ਤੁਹਾਡੇ ਜਿੱਤਣ ਤੋਂ ਬਾਅਦ ਜਾਂ ਇਸ ਇਲੈਕਸ਼ਨ ਦੇ ਵਿੱਚ, ਕੀ ਬਠਿੰਡਾ ਦੀ ਲੋਕਲ ਟੀਮ ਜਿਹੜੀ ਐਗਜ਼ਿਸਟਿੰਗ ਟੀਮ ਹੈ ਜਿਵੇਂ ਰਾਜਨ ਜੀ ਨੇ, ਉਹ ਤੁਹਾਡੇ ਨਾਲ ਚੱਲੇ ਨੇ ਖੁੱਲ ਕੇ? ਕਿਉਂਕਿ ਬਠਿੰਡਾ ਦੇ ਵਿੱਚ ਦੋ ਪ੍ਰੈਜ਼ੀਡੈਂਟ ਨੇ, ਇੱਕ ਰਾਜਨਗਰ ਜੀ ਹੈ ਬਠਿੰਡਾ ਤੋਂ, ਠੀਕ ਹੈ, ਇੱਕ ਜਟਾਣਾ ਸਾਹਿਬ ਹੈ, ਠੀਕ ਹੈ, ਠੀਕ ਹੈ। ਹਾਂ, ਹੁਣ ਜਿਹੜੇ ਆਪਣੇ ਬਠਿੰਡਾ ਸ਼ਹਿਰ ਦੇ, ਉਹ ਤਾਂ ਤੁਹਾਨੂੰ ਫੁੱਲ ਸਪੋਰਟ ਦੇ ਵਿੱਚ ਤੁਹਾਡੇ ਨਾਲ ਚੱਲ ਰਹੇ ਨੇ, ਠੀਕ ਹੈ, ਠੀਕ ਹੈ, ਹਾਲੇ ਤੱਕ ਜੋ ਇਨਫੋਰਮੇਸ਼ਨ ਹੈ ਉਹ ਤੁਹਾਡੇ ਨਾਲ ਚੱਲ ਰਹੇ ਨੇ, ਕੀ ਬਾਗਡੋਰ ਉਹਨਾਂ ਨੂੰ ਮਿਲੂਗੀ ਜਾਂ ਫਿਰ ਤੁਹਾਡੇ ਸਾਲਿਆ ਸਾਹਿਬ ਨੂੰ ਬਾਗਡੋਰ ਮਿਲੇਗੀ? ਜੀਤਮਿੰਦਰ ਸਿੰਘ ਦਾ ਸਾਲਾ ਵੀ ਆਊਗਾ, ਤੁਹਾਨੂੰ ਪਤਾ ਮੇਰੇ ਸਾਲਾ ਸਾਹਿਬ ਦਾ ਕੀ ਨਾਂ ਹੈ, ਵੇਅਰ ਹੀ ਇਸ? ਨਹੀਂ, ਮੈਨੂੰ ਨਹੀਂ ਪਤਾ। ਨਹੀਂ ਪਤਾ ਨਾ, ਸੋ ਆਪਾਂ ਪ੍ਰਜ਼ੂਮ ਨਾ ਕਰੀਏ ਅਗਲੀ ਗੱਲ, ਕਲੈਰਿਟੀ ਚਾਹੀਦੀ। ਦੇਖੋ, ਇਹ ਪਰਸਨਲ ਚੀਜ਼ ਹੈ, ਬਟ ਹੁਣ ਤੁਸੀਂ ਸਵਾਲ ਪੁੱਛ ਲਿਆ ਫੋਰ ਦਾ ਜਨਰਲ ਪਬਲਿਕ ਐਂਡ ਪੀਪਲ ਐਟ ਲਾਰਜ, ਆਈ ਵੁੱਡ ਲਾਈਕ ਟੂ ਸੇ that I don't have a brother-in-law. So, phir ek galla kyu ho rahi hai? Mera sala hai nahi ka ji. Ek galla kyu ho rahi hai? Theek hai na? Matlab, good or bad? Theek hai? So, mera sala koi hai nahi ka. So, ohi main kehna, prachar hi hai na ji, ki hun Jeetminder da sala aajuga. Kitthon aajuga jadon sala hi hai nahi ka? Jadon brother-in-law hi hai nahi ka mera. Okay.
ਸਰ ਰੈਫਰ ਕਿਉਂ ਕੀਤਾ ਜਾ ਰਿਹਾ? ਮੇਰੇ ਵਾਈਫ ਦਾ ਕੋਈ ਬ੍ਰਦਰ ਨਹੀਂ ਹੈ ਜੀ, ਠੀਕ ਹੈ ਨਾ? ਇਟਸ ਅ ਵੈਰੀ ਪਰਸਨਲ ਕੁਐਸਚਨ, ਮੈਂ ਜਵਾਬ ਦੇਤਾ ਤੁਹਾਨੂੰ। ਆਈ ਐਮ ਨੋਟ ਸਪੋਜ਼ਡ ਟੂ ਆਨਸਰ ਅ ਕੁਐਸਚਨ ਲਾਈਕ ਦਿਸ, ਇਟਸ ਜਸਟ ਅ ਕਲੈਰਿਟੀ, ਜਸਟ ਕਿਉਂਕਿ ਤੁਸੀਂ ਗੱਲ ਜੋੜਤੀ ਕੁਛ ਦੋ ਚਿਹਰਿਆਂ ਦੀ, ਨੌਵਾਂ ਦੀ, ਵਿਚ ਇਜ਼ ਆਲਸੋ ਆਈ ਫੀਲ ਨੋਟ ਇਨ ਗੁੱਡ ਟੇਸਟ, ਕੋਈ ਨੋਟ ਅਗਲੇ ਦੀ ਆਪਦੀ ਪਰਸਨਲ, ਦੇਖੋ ਕੋਈ ਕਿਸੇ ਦਾ ਰਿਸ਼ਤੇਦਾਰ ਹੋਣਾ ਨਹੀਂ ਕੋਈ ਗਲਤ ਗੁਨਾਹ ਨਹੀਂ, ਉਹ ਕੀ ਕਰਦੇ ਆ ਕੀ ਨਹੀਂ ਕਰਦੇ ਦੈਟ ਇਜ਼ ਦੇਅਰ ਬਿਜ਼ਨਸ, ਬਟ ਐਸ ਫਾਰ ਐਸ ਆਈ ਐਮ ਕਨਸਰਨਡ, ਮੈਂ ਹੁਣ ਰਿਕਾਰਡ ਕਹਿ ਰਿਹਾ ਕਿ ਮੇਰਾ ਕੋਈ ਸਾਲਾ ਨਹੀਂ ਹੈ। ਹੋਰ ਦੱਸੋ। ਓਕੇ, ਸੈਕਿੰਡਲੀ ਜਟਾਨਾ ਸਾਹਿਬ ਨਾਲ ਬਹੁਤ ਵਧੀਆ ਕੋਆਰਡੀਨੇਸ਼ਨ ਹੈ, ਨਾਲ ਚੱਲਣਗੇ? ਨਾਲ ਨਹੀਂ ਚੱਲਣਗੇ, ਆਪਣਾ ਹੱਥ ਫੜ ਕੇ ਮੋਢੇ ਨਾਲ ਮੋਢਾ ਲਾ ਕੇ, ਮੇਰਾ ਛੋਟਾ ਭਰਾ ਹੈ। ਫੋਟੋ ਕਦੋਂ ਮਿਲੂ, ਦੇਖਣ ਨੂੰ ਮਿਲੂ? ਜਲਦੀ। ਕਦੋਂ ਜਾ ਰਹੇ ਹੋ ਮਿਲਣ ਵਾਸਤੇ? ਜਲਦੀ ਯਾਰ, ਜਲਦੀ ਇਕੱਠੇ ਹੋ ਰਹੇ ਹਾਂ, ਇਕੱਠੇ ਤਾਂ ਹੈ ਹੀ, ਪਰ ਆਈ ਹੈਵ ਬੀਨ ਲਿਟਲ ਬਿਜ਼ੀ, ਉਹ ਚੰਡੀਗੜ੍ਹ ਸੀਗੇ, ਸੋ ਆ ਗਏ ਨੇ, ਸੋ ਹੋ ਜੂ, ਕੋਈ ਗੱਲ ਨਹੀਂ। ਬਠਿੰਡਾ ਸ਼ਹਿਰ ਦੀ ਬਾਗਡੋਰ ਕੌਣ ਸੰਭਾਲੂਗਾ? ਬਠਿੰਡਾ ਸ਼ਹਿਰ ਦੀ ਮਤਲਬ ਤੁਹਾਡੇ ਕੈਂਪੇਨ ਦੇ ਵਿੱਚ ਕੌਣ ਬਾਗਡੋਰ ਸੰਭਾਲੂਗਾ ਬਠਿੰਡਾ ਸ਼ਹਿਰ ਦੀ? ਬਠਿੰਡਾ ਸ਼ਹਿਰ ਦੀ ਰਾਜਨ ਜੀ, ਰਾਜਨ ਜੀ ਸੰਭਾਲਣਗੇ। ਆਏ, ਮੈਂ ਬਿਲੀਵ ਕਰਦਾ ਆਪਦੇ ਵਰਕਰ 'ਤੇ, ਆਪਦੇ ਲੋਕਲ ਲੀਡਰਸ 'ਤੇ, ਮੈਂ ਹਮੇਸ਼ਾ ਹੀ ਇਹ ਬਿਲੀਵ ਕਰਦਾ ਕਿ ਇਹਨਾਂ ਤੋਂ ਬਿਹਤਰ ਕੋਈ ਇੰਚਾਰਜ ਕੋਈ ਨਹੀਂ ਹੋ ਸਕਦਾ ਜਿਹੜਾ ਕਿ ਬਠਿੰਡਾ ਨੂੰ ਸੰਭਾਲ ਸਕੇ। ਕੁਲੈਕਟਿਵ ਲੀਡਰਸ਼ਿਪ, ਰਾਜਨ ਐਜ਼ ਦੀ ਪ੍ਰੈਜ਼ੀਡੈਂਟ, ਸਾਡੇ ਮਿਊਂਸੀਪਲ ਕਮੇਟੀ ਦੇ ਮੈਂਬਰ ਨੇ, ਸੀਨੀਅਰ ਅਹੁਦੇਦਾਰ ਨੇ ਜੀ, ਉਹ ਸਾਰੇ ਇਕੱਠੇ ਹੋ ਕੇ ਇੱਕ ਕੁਲੈਕਟਿਵਲੀ ਉਹ ਬਠਿੰਡਾ ਸ਼ਹਿਰ ਨੂੰ ਸੰਭਾਲਣਗੇ। ਪੁਰਾਣੇ ਸਾਥੀ ਰਹੇ ਬਾਦਲ ਸਾਹਿਬ ਅਤੇ ਹਰਸਿਮਰਤ ਕੌਰ ਬਾਦਲ ਨਾਲ, ਜਦੋਂ ਉਹਨਾਂ ਦੇ ਸਾਹਮਣੇ ਆਮਣਾ ਸਾਹਮਣਾ ਹੋਊਗਾ, ਟਾਕਰਾ ਹੋਊਗਾ, ਠੀਕ ਹੈ, ਕੀ ਚੈਲੰਜਸ ਫੇਸ ਆਉਣਗੇ? ਕੋਈ ਚੈਲੰਜ ਨਹੀਂ, ਸਾਡੀ ਕੋਈ ਪਰਸਨਲ ਦੁਸ਼ਮਣੀ ਤਾਂ ਨਹੀਂ ਹੈ ਜੀ, ਸਾਡੇ ਪੋਲੀਟੀਕਲ ਅਪੋਨੈਂਟ ਹੋ ਸਕਦੇ, ਕੋਈ ਵਿਚਾਰਧਾਰਾ 'ਚ ਫਰਕ ਹੋ ਸਕਦਾ, ਬਿਲਕੁਲ ਠੀਕ ਹੈ ਨਾ? ਸੋ ਆਈ ਹੈਵ ਆਲ ਦੀ ਰਿਸਪੈਕਟ ਫੋਰ ਐਵਰੀਬਡੀ, ਸਰ ਸੁਖਬੀਰ ਸਿੰਘ ਬਾਦਲ ਠੀਕ ਹੈ ਨਾ, ਮੇਰੇ ਲੀਡਰ ਰਹੇ ਨੇ, ਮੇਰੇ ਦੋਸਤ ਰਹੇ ਨੇ, ਸੋ ਬੀਬਾ ਹਰਸਿਮਰਤ ਕੌਰ ਸਾਡੇ ਸਤਿਕਾਰਯੋਗ ਨੇ, ਆਫਟਰ ਆਲ ਐਕਸ ਐਮ ਪੀ ਰਹੇ ਨੇ, ਮੈਂ ਕੰਮ ਨਾਲ ਕੀਤਾ, ਬਟ ਜਦੋਂ ਗੱਲ ਕੋਈ ਆ ਜਾਂਦੀ ਹੈ ਪੋਲੀਟੀਕਲੀ, ਉਦੋਂ ਡਿਫਰੈਂਸਿਸ ਹੋ ਸਕਦੇ ਆ, ਜੇ ਹੁਣ ਅਸੀਂ ਸੋਸ਼ਲ ਗੈਦਰਿੰਗ 'ਚ ਇਕੱਠੇ ਹੁੰਦੇ ਹਾਂ, ਵੀ ਮੀਟ ਮੇਰੇ, ਮਤਲਬ ਇਹਦੇ 'ਚ ਇਹ ਥੋੜ੍ਹੀ ਕਿ ਕੋਈ ਅਸੀਂ ਦੁਸ਼ਮਣੀਆਂ ਪਾ ਲਈਆਂ, ਇਹ ਗਲਤ ਰਵਾਇਤਾਂ ਨੇ, ਗਲਤ ਸੋਚ ਹੈ ਕਿ ਜੇ ਤੁਹਾਡਾ ਪੋਲੀਟੀਕਲ ਅਪੋਨੈਂਟ ਹੈ ਤਾਂ ਉਹ ਤੁਹਾਡਾ ਦੁਸ਼ਮਣ ਹੈ। ਨਹੀਂ, ਦੁਸ਼ਮਣ ਨਹੀਂ ਹੈ, ਤੁਹਾਡਾ ਦੁਸ਼ਮਣ ਨਹੀਂ ਹੈ ਉਹ, ਠੀਕ ਹੈ, ਉਹ ਆਪਦੀ ਗੱਲ ਕਰਦੇ ਆ, ਅਸੀਂ ਆਪਦੀ ਗੱਲ ਕਰਦੇ ਹਾਂ, ਲੋਕਾਂ ਨੂੰ ਸਾਡੀ ਗੱਲ ਚੰਗੀ ਲੱਗੂਗੀ, ਲੋਕੀ ਸਾਡੇ ਨਾਲ ਲੱਗ ਕੇ ਸਾਨੂੰ ਵੋਟਾਂ ਪਾ ਦੇਣਗੇ। ਐਕਸਪੈਲ ਵੀ ਤੁਹਾਨੂੰ ਹੀ ਕੀਤਾ ਗਿਆ ਸੀ? ਹਾਂਜੀ, ਐਕਸਪੈਲ ਵੀ ਤਾਂ ਉਹਨਾਂ ਨੇ ਕੀਤਾ, ਪਰ ਕੀਤਾ ਠੀਕ ਹੈ, ਉਹਨਾਂ ਦੀ ਮਜਬੂਰੀ ਹੋ ਸਕਦੀ ਹੈ, ਕਰਤਾ, ਆਈ ਥਿੰਕ ਸੋ, ਦੇ ਡਿਡ ਫੇਵਰ ਟੂ ਮੀ, ਉਹਨਾਂ ਦਾ ਪੋਲੀਟੀਕਲ, ਆਈ ਫੀਲ ਕਿ ਸ਼੍ਰੋਮਣੀ ਅਕਾਲੀ ਦਲ ਐਂਡ ਸਰਦਾਰ ਸੁਖਬੀਰ ਸਿੰਘ ਬਾਦਲ ਫੋਲਟਡ ਹੇਅਰ, ਜਿਹੜਾ ਮੈਨੂੰ ਉਹਨਾਂ ਨੇ ਆਪਦੇ ਹੱਥੋਂ ਜਾਣ ਦਿੱਤਾ, ਐਂਡ ਆਈ ਐਮ ਥੈਂਕਫੁਲ, ਅੱਜ ਮੈਂ ਉਸ ਪੋਜੀਸ਼ਨ 'ਤੇ ਆਇਆ, ਕੈਂਡੀਡੇਟ ਨਹੀਂ ਹੁੰਦੇ, ਅੱਜ ਮੈਂ ਉਸ ਪੋਜੀਸ਼ਨ 'ਤੇ ਆਇਆ ਕਿ ਮੈਂ ਅੱਜ ਬਤੌਰ ਲੋਕ ਸਭਾ ਇਲੈਕਸ਼ਨ ਲੜ ਕੇ ਕੈਂਡੀਡੇਟ ਬਣ ਕੇ ਅੱਜ ਜਿੱਤ ਕੇ ਐਮ ਪੀ ਬਣ ਕੇ ਜਾਵਾਂਗੇ। ਦਿਸ ਵਿਲ ਬੀ ਦਾ ਡਿਫੀਟਿੰਗ ਰਿਪਲਾਈ ਆਫ ਮਾਈ ਸ਼ੋਕੋਸ ਨੋਟਿਸ ਫਰੋਮ ਦਾ ਅਕਾਲੀ ਦਲ। ਬੀਜੇਪੀ ਮਲੂਕਾ ਸਾਹਿਬ ਦਾ ਬੀਜੇਪੀ ਦੇ ਵਿੱਚ ਜਾਣਾ, ਉਹਨਾਂ ਦੀ ਨੋਹ ਦਾ, ਉਹਨਾਂ ਦੇ ਬੇਟੇ ਦਾ ਜਾਣਾ, ਕੀ ਇਹਨੂੰ ਕੀ ਕਿੱਥੇ ਕੈਲਕੂਲੇਟ ਕਰਦੇ ਹੋ, ਕੀ ਕਹੋਗੇ ਇਹਦੇ ਬਾਰੇ? ਕੀ ਕਹਾਂ ਜੀ, ਚਲੇ ਗਏ ਸਾਹਿਬ ਤੇ ਐਕਸ਼ਨ ਕਿਉਂ ਨਹੀਂ ਦਿੱਤਾ?
ਮਲੂਕਾ ਸਾਹਿਬ ਤੇ ਐਕਸ਼ਨ ਨਹੀਂ ਲਿੱਤਾ। ਗੁਰਪ੍ਰੀਤ ਮਲੂਕਾ ਜੀ ਨੇ ਸ਼੍ਰੋਮਣੀ ਅਕਾਲੀ ਦਲ ਚੇਅਰਮੈਨ ਰਹੇ, ਇੰਪਰੂਵਮੈਂਟ ਉਸ 'ਚ ਵੀ ਰਹੇ। ਤੁਹਾਡਾ ਤਾਂ ਐਕਸ਼ਨ ਉਹਨਾਂ ਨੇ ਲਿਆ ਸੀਗਾ ਕਿ ਮਲੂਕਾ ਸਾਹਿਬ ਨੇ ਲਿੱਤਾ, ਅਤੇ ਫਿਰ ਮਲੂਕਾ ਆਪਦੇ ਮੁੰਡੇ ਨੂੰ ਸ਼ੋਕੋਜ਼ ਨੋਟਿਸ ਕਿਉਂ ਨਹੀਂ ਦਿੱਤਾ ਵੀ ਤੂੰ ਐਂਟੀ ਪਾਰਟੀ ਐਕਟੀਵਿਟੀ ਕਰ ਰਿਹਾ? ਉਹੀ ਨਾ ਡਬਲ ਸਟੈਂਡਰਡਸ ਚੱਲ ਪੈਂਦੇ ਨੇ। ਅਤੇ ਇੱਧਰ ਬੀਬਾ ਸਿਮਰਤ ਕੌਰ ਬਾਦਲ ਕਹਿ ਰਹੀ ਹੈ ਕਿ ਕੋਈ ਗੱਲ ਨਹੀਂ, ਬੱਚੇ ਕਈ ਵਾਰੀ ਬਜ਼ੁਰਗਾਂ ਤੋਂ ਨਾਰਾਜ਼ ਹੋ ਜਾਂਦੇ ਨੇ, ਨਹੀਂ ਰਹਿੰਦੇ। ਕਿਹੜੇ ਬਜ਼ੁਰਗਾਂ ਤੋਂ? ਆਹੀ ਮਲੂਕੇ ਤੋਂ। ਅੱਛਾ, ਆਪਦੇ ਆਪਦੇ ਨਾ ਕਿ ਤੇ ਕੁਐਸਚਨ ਪੁੱਛਿਆ ਹੋਣਾ ਨਾ, ਵਿੱਚ ਸੀਇੰਗ ਔਨ ਟੀਵੀ। ਨਹੀਂ, ਬਜ਼ੁਰਗ ਤਾਂ ਦੋ ਵੀ ਹੋ ਸਕਦੇ ਨੇ ਨਾ, ਜਾਂ ਦਰਬਾਰਾ ਸਾਹਿਬ ਵੀ ਤਾਂ ਬਜ਼ੁਰਗ ਹੋ ਸਕਦੇ ਨੇ ਨਾ। ਇਟ ਵਾਸ ਇਨ ਰੈਫਰੈਂਸ ਟੂ ਹਿਸ ਓਨ ਮਲੂਕਾ ਫੈਮਿਲੀ, ਹਿਸ ਓਨ ਫਾਦਰ। ਮਤਲਬ ਸ਼ੀ ਵਾਸ ਟ੍ਰਾਈਂਗ ਟੂ ਪ੍ਰੋਟੈਕਟ ਮਲੂਕਾ। ਸ਼ੀ ਵਾਸ ਟ੍ਰਾਈਂਗ ਟੂ ਪ੍ਰੋਟੈਕਟ ਮਲੂਕਾ ਸਾਹਿਬ ਕਿ ਨਹੀਂ, ਉਹ ਤਾਂ ਠੀਕ ਨੇ, ਸਾਡੇ ਨਾਲ ਨੇ। ਬੇਟਾ ਚਲਾ ਗਿਆ, ਬੇਟਾ ਚਲੇ ਗਿਆ ਤਾਂ ਕੋਈ ਗੱਲ ਨਹੀਂ। ਕਈ ਵਾਰੀ ਬੇਟੇ ਬਜ਼ੁਰਗਾਂ ਦੀ ਮੰਨਦੇ ਨੇ। ਦੇਖੋ ਜਦੋਂ ਜੀਤ ਮਹਿੰਦਰ ਦੀ ਗੱਲ ਆਉਂਦੀ ਹੈ ਉਦੋਂ ਡਿਫਰੈਂਟ ਸਟੈਂਡਰਡ ਹੈ, ਜਦੋਂ ਮਲੂਕੇ ਦੀ ਗੱਲ ਆਉਂਦੀ ਹੈ ਜਦੋਂ ਮਲੂਕੇ ਤੋਂ ਡਰਦੇ ਨੇ। ਕੋਈ ਗੱਲ ਹੋਣੀ ਹੈ ਮਲੂਕੇ ਕੋਲ ਇਹਨਾਂ ਦੀ, ਜਿਹਦੇ ਕਰਕੇ ਸੁਖਬੀਰ ਸਿੰਘ ਬਾਦਲ ਫਸਟ ਡੇ ਹੀ ਸ਼ੁਡ ਹੈਵ ਗਿਵਨ ਅ ਨੋਟਿਸ ਐਜ਼ ਪ੍ਰੈਜ਼ੀਡੈਂਟ ਕਿ ਬਈ ਮਲੂਕਾ ਸਾਹਿਬ ਤੁਸੀਂ ਐਂਟੀ ਪਾਰਟੀ ਐਕਟੀਵਿਟੀ ਕਰ ਰਹੇ ਹੋ, ਤੁਹਾਡਾ ਬੇਟਾ ਕਰ ਰਿਹਾ ਹੈ। ਤੁਸੀਂ ਓਬਵੀਅਸਲੀ ਜੇ ਬੇਟਾ ਕਰ ਰਿਹਾ ਤਾਂ ਇਹ ਤਾਂ ਹੈ ਨਹੀਂ, ਅਸੀਂ ਮੈਂ ਅਤੇ ਮੇਰਾ ਬੇਟਾ ਇੱਕ ਘਰ 'ਚ ਰਹਿ ਰਹੀ ਹੋਈਏ, ਇਕੱਠੇ ਡਾਇਨਿੰਗ ਟੇਬਲ 'ਤੇ ਬੈਠ ਕੇ ਅਸੀਂ ਰੋਟੀ ਖਾਈਏ, ਇਕੱਠੇ ਬੈਠ ਕੇ ਟੀ ਵੀ ਦੇਖੀਏ, ਅਤੇ ਇੱਧਰ ਬੀਜੇਪੀ ਅਤੇ ਇੱਥੇ ਅਕਾਲੀ, ਕੋਈ ਮਜ਼ਾਕ ਥੋੜ੍ਹੀ ਹੈ। ਦੈਟ ਸ਼ੋਜ਼ ਕਿ ਬਿਲਕੁਲ ਇਹ ਮਿਲੇ ਕੌਣ ਸੁਪਰਸੀ ਇੱਥੇ ਲੱਗਦੀ ਹੈ ਕਿ ਇਹਨਾਂ ਨੇ ਪਲੈਨਿੰਗ ਕੀਤੀ ਕਿ ਮਲੂਕਾ ਪਰਿਵਾਰ ਨੂੰ ਉੱਧਰ ਭੇਜ ਦਿਓ, ਇਹ ਕੈਂਡੀਡੇਟ ਆਜੂਗਾ। ਕੋਈ ਲੰਬੀ ਚੌੜੀ ਪਲੈਨਿੰਗ ਹੋਈ ਹੈ ਇਹ? ਜੀਤ ਮਹਿੰਦਰ ਦੀ ਕੋਈ ਪਲੈਨਿੰਗ ਪਲੂਨਿੰਗ ਨਹੀਂ ਹੈ। ਵੀ ਗੋ ਬਾਏ ਆ ਹਾਰਟ, ਥਿੰਕ ਬਾਏ ਆ ਹੈਡ। ਸਿੱਧੂ ਸਾਹਿਬ, ਹੁਣ ਇੱਕ ਕੁਐਸਚਨ ਇਹ ਦੱਸਿਆ ਕਿ ਵਾਟ ਆਰ ਦਾ ਚੈਲੰਜਸ ਤੁਹਾਨੂੰ ਹਾਲੇ ਤੱਕ ਲਾਈਫ 'ਚ ਫੇਸ ਹੋਏ, ਅਤੇ ਆਉਣ ਵਾਲੇ ਟਾਈਮ 'ਚ ਕਿਹੜੇ ਚੈਲੇਂਜ ਤੁਹਾਨੂੰ ਦੁਖੀ ਕਰਦੇ? ਦੇਖੋ ਭਵਿੱਖਬਾਣੀ ਤਾਂ ਮੈਂ ਕਰ ਨਹੀਂ ਸਕਦਾ, ਹੁਣ ਵਾਲੇ ਟਾਈਮ 'ਚ ਕਿਹੜੇ ਚੈਲੇਂਜਸ ਹਾਲੇ ਤੱਕ ਜਿਹੜੇ ਆ ਰਹੇ ਨੇ। ਰੋਜ਼ ਉੱਠ ਕੇ ਸ਼ੁਕਰਾਨਾ ਕਰੀਦਾ ਕਿ ਉੱਠ ਖੜੇ ਹਾਂ ਰੱਬ ਕੋਲੇ, ਅਗਲਾ ਸਾਹ ਆਵੇ ਨਾ ਆਵੇ ਕਿਸੇ ਨੂੰ ਕੀ ਪਤਾ ਹੁੰਦਾ। ਬੀ ਰਿਲੇਸਟਿਕ ਇਨ ਲਾਈਫ, ਪੋਲੀਟੀਕਲ ਚੈਲੇਂਜ ਲਿਵ ਬਾਈ ਦ ਡੇ, ਬਾਈ ਦੀ ਆਰ, ਬਾਈ ਦੀ ਮਿਨਟ। ਜਿਹੜਾ ਅੱਜ ਤੁਹਾਨੂੰ ਸਮਾਂ ਮਿਲ ਰਿਹਾ ਨਾ, ਇਹ ਸਮਾਂ ਫੇਰ ਨਹੀਂ ਮਿਲਣਾ। ਇੰਜੋਏ ਇਟ। ਹੁਣ ਜਿਹੜੇ ਕੰਮ 'ਚ ਪਏ ਹੋ, ਡੂ ਇਟ ਸਿੰਸੀਅਰਲੀ, ਡੂ ਇਟ ਓਨੈਸਟਲੀ, ਕਿ ਲੋਕ ਵੀ ਮਹਿਸੂਸ ਕਰਨ ਕਿ ਹਾਂ ਬਈ ਅਸੀਂ ਗਏ ਸੀ। ਕਿਉਂਕਿ ਕੋਈ ਘਰ ਨਹੀਂ ਤੁਰ ਕੇ ਆਉਂਦਾ ਜਦ ਤੱਕ ਉਹਨੂੰ ਕੋਈ ਤੁਹਾਡੀ ਲੋੜ ਨਹੀਂ ਹੁੰਦੀ। ਜੇ ਉਹਨੂੰ ਤੁਹਾਡੀ ਲੋੜ ਹੈ ਉਹ ਆਇਆ, ਤਾਂ ਤੁਹਾਡਾ ਫਰਜ਼ ਬਣਦਾ ਕਿ ਉਹਨੂੰ ਸੈਟਿਸਫਾਈ ਕਰਕੇ ਤੋਰੋ। ਨਹੀਂ ਤਾਂ ਕੋਈ ਨਹੀਂ ਆਉਂਦਾ, ਕਿਸੇ ਕੋਲ ਇੰਨਾ ਟਾਈਮ ਨਹੀਂ ਕਿਸੇ ਵਾਸਤੇ ਜ਼ਿੰਦਗੀ ਵਿੱਚ। ਪਰ ਜੇ ਕਿਸੇ ਦੀ ਕੋਈ ਪੀੜਤਾ ਹੈ, ਕੋਈ ਕਿਸੇ ਨੂੰ ਲੋੜ ਹੈ, ਉਹੀ ਚੱਲ ਕੇ ਤੁਹਾਡੇ ਘਰ ਆਉਂਦਾ ਹੈ, ਤਾਂ ਤੁਸੀਂ ਇਸ ਕੰਮ 'ਚੋਂ ਯੂ ਵੈਰੀ ਵੈਲ ਡੂ ਇਟ। ਨਹੀਂ ਤਾਂ ਦੇਰ ਇਜ਼ ਨੋ ਪੁਆਇੰਟ ਆਫ ਬੀਇੰਗ ਇਨ ਪੋਲੀਟਿਕਸ ਔਰ ਇਨ ਸੋਸ਼ਲ ਵਰਕ। ਪੋਲੀਟੀਸ਼ੀਅਨ, ਤੁਸੀਂ ਕਹਿੰਦੇ ਓਨੈਸਟੀ, ਸਾਰਾ ਕੁਝ, ਪੋਲੀਟੀਸ਼ੀਅਨ ਤਾਂ ਓਨੈਸਟ ਹੋ ਹੀ ਨਹੀਂ ਸਕਦਾ ਸਰ। ਆ ਚੈਲੰਜ ਆ ਬੈਠਾ ਕੱਢੋ, ਡਿਪਲੋਮੈਟਿਕ ਤਾਂ ਹੋਣੀ ਪਏਗਾ। ਨਹੀਂ ਨਹੀਂ, ਨੋ ਡਿਪਲੋਮੈਟਿਕ, ਲਿਆਓ ਜਾਓ ਪਿੰਡਾਂ 'ਚ, ਜਾਓ ਤਲਵੰਡੀ ਸਾਬੋ ਹੀ ਚਲੇ ਜਾਓ, ਜਿੱਥੇ ਸਾਰਾ ਜ਼ਿਆਦਾ ਟਾਈਮ ਹੈ, ਤਲਵੰਡੀ ਮੋੜ ਮੇਨ ਹਲਕਾ ਤੁਹਾਡਾ ਹੋ ਜਾਈ ਹੈ ਨਾ, ਤੁਸੀਂ ਜਾਓ। ਇਟਸ ਅ ਐਕਸਪੈਰੀਮੈਂਟ ਕਰੋ ਇੱਕ ਵਾਰ। ਤੁਸੀਂ ਕਹਿੰਦੇ ਨਾ ਨੋ ਨੋ ਪੋਲੀਟੀਸ਼ੀਅਨ ਕੈਨ ਬੀ ਓਨੈਸਟ, ਯੂ ਗੋ ਟੂ ਤਲਵੰਡੀ, ਪਿਕ ਅਪ ਅ ਸੈਂਪਲ ਆਫ 100, 200, 300 ਐਜ਼ ਯੂ ਲਾਈਕ, ਜਿੰਨਾ ਟਾਈਮ ਹੈ ਤੁਹਾਡੇ ਕੋਲ, ਐਨਰਜੀ ਹੈ। ਯੂ ਆਸ ਦੀ ਪੀਪਲ ਕਿ ਜੀਤ ਮਹਿੰਦਰ ਸਿੰਘ ਸਿੱਧੂ ਕਰਪਟ ਪੋਲੀਟੀਸ਼ੀਅਨ ਹੈ ਜਾਂ ਓਨੈਸਟ ਪੋਲੀਟੀਸ਼ੀਅਨ ਹੈ, ਐਂਡ ਯੂ ਕਮ ਬੈਕ ਹੇਅਰ, ਆਪਾਂ ਇਹੀ ਇੰਟਰਵਿਊ ਦੁਬਾਰਾ ਕਰਾਂਗੇ। ਸਿੱਧੂ ਸਾਹਿਬ, ਮੈਂ ਨਾ ਜਿੰਨੇ ਪਰਸੈਂਟੇਜ ਤੁਹਾਡੇ ਕੋਲ ਆਊਗੀ, ਆਈ ਵਿਲ ਸਟੈਂਡ ਬਾਈ ਦੈਟ, ਵਟ ਮਾਈ ਪੀਪਲ ਇਨ, ਜੋ ਮੇਰੇ ਬੰਦੇ ਤਲਵੰਡੀ ਸਾਬੋ 'ਚ ਕਹਿਣਗੇ, ਜੇ ਉਹ ਕਹਿਣਗੇ ਮੈਂ ਕਰਪਟ ਹਾਂ ਤਾਂ ਮੈਂ ਕਰਪਟ ਹਾਂ।
ਜੇ ਉਹ ਕਹਿਣਗੇ ਕਿ ਮੈਂ ਓਨੈਸਟ ਹਾਂ ਤਾਂ ਫਿਰ ਦੈਨ ਯੂ ਹੈਵ ਟੂ ਗੋ ਬਾਏ ਦੈਟ ਓਬਵੀਅਸਲੀ ਤੁਸੀਂ ਕਰ ਮੈਂ ਕਹਿੰਦਾ ਇੱਕ ਵਾਰ ਤੁਸੀਂ ਇਹ ਆਈ ਡੂ ਦੈਟ ਕਰ ਲਓ ਹਾਂ ਬਿਲਕੁਲ ਕਿ ਪੁੱਛ ਲਿਓ ਹੁਣ ਕਿੰਨੀ ਵਾਰ ਇਹਨੇ ਕਿਹੜੇ ਕੰਮ ਵਾਸਤੇ ਕਿੰਨੇ ਪੈਸੇ ਲਏ ਹੁਣ ਇਹ ਵਨ ਮੋਰ ਕਲੈਰਿਟੀ ਤੁਸੀਂ ਆਪਾਂ ਕਰਪਸ਼ਨ ਦੀ ਗੱਲ ਕਰ ਰਹੇ ਹਾਂ ਲੋਕ ਤੁਹਾਡੇ ਨਾਲ ਨੇ ਤੁਸੀਂ ਕਹਿ ਰਹੇ ਹੋ ਠੀਕ ਹੈ ਆਪਾਂ ਮੰਨ ਲੈਂਦੇ ਕਿ ਲੋਕ ਤੁਹਾਡੇ ਨਾਲ ਨੇ ਤਲਵੰਡੀ ਸਾਬੋ ਦੇ ਵਿੱਚ ਕਿਉਂਕਿ ਤੁਸੀਂ ਜਿੱਤੇ ਵੀ ਹੋ ਲੋਕਾਂ ਨੇ ਤੁਹਾਨੂੰ ਜਿਤਾਇਆ ਈਵਨ ਤੁਹਾਨੂੰ ਆਜ਼ਾਦ ਵੀ ਜਿਤਾਇਆ ਲੇਕਿਨ ਜਿਹੜੇ ਤੁਹਾਡੇ 'ਤੇ ਕੇਸਿਸ ਚੱਲ ਰਹੇ ਨੇ ਉਹਦੇ ਬਾਰੇ ਕੀ ਕਹੋਗੇ ਕਿਹੜਾ ਕੇਸ ਚੱਲ ਜਿਹੜੇ ਜਿਹੜੇ ਹੁਣ ਜਿਹੜੇ ਤੁਹਾਡੇ ਤੋਂ ਪਹਿਲਾਂ ਕੇਸਿਸ ਸੀਗੇ ਜਾਂ ਸੀ ਡੀ ਆਈ ਜਾਂ ਸੀ ਆਈ ਡੀ ਜਾਂ ਸੀ ਬੀ ਆਈ ਕੋਈ ਨਹੀਂ ਹੈ ਨਹੀਂ ਹੈ ਜੀ ਨਹੀਂ ਜਸਟ ਅ ਰੂਮਰ ਨਹੀਂ ਮੇਰੇ 'ਤੇ ਪਹਿਲਾਂ ਕਿਸੇ ਕਾਰਨ ਕਿਸੇ ਨੇ ਮੇਰੇ 'ਤੇ ਪੋਲੀਟੀਕਲ ਰੰਜਿਸ਼ ਕਾਰਨ ਮੇਰੇ 'ਤੇ ਰਜਿਸਟਰ ਕੀਤਾ ਸੀ ਬਹੁਤ ਸਾਲ ਪਹਿਲਾਂ 2013 ਦੀ 2013 10-11 ਸਾਲ ਪਹਿਲਾਂ ਦੀ ਗੱਲ ਹੈ ਉਹ ਖਤਮ ਵੀ ਹੋਏ ਨਥਿੰਗ ਟੂ ਇਟ ਦ ਸੀ ਬੀ ਆਈ ਡਿਡਨਟ ਇਵਨ ਕਾਲ ਮੀ ਆਲਸੋ ਇਟ ਵਾਸ ਜਸਟ ਇਨ ਦ ਪੇਪਰਸ ਐਂਡ ਦੇਰ ਇਜ਼ ਨੋ ਕੇਸ ਆਈ ਕੈਨ ਗਿਵ ਇਟ ਔਨ ਰਿਕਾਰਡ ਦੈਟ ਦੇਰ ਇਜ਼ ਨੋ ਸੀ ਬੀ ਆਈ ਕੇਸ ਔਨ ਜੀਤਮਿੰਦਰ ਸਿੰਘ ਸਿੱਧੂ ਹੋਰ ਦੱਸੋ ਥੈਂਕ ਯੂ ਸਿੱਧੂ ਸਾਹਿਬ ਅੱਜ ਮੈਨੂੰ ਪਤਾ ਟਾਈਮ ਨਹੀਂ ਹੈ ਤੁਹਾਡੇ ਕੋਲ ਲੇਕਿਨ ਆਪਾਂ ਦੁਬਾਰਾ ਇੱਕ ਹੋਰ ਸੈਕਸ਼ਨ ਕਰਾਂਗੇ ਹੁਣ ਦੁਬਾਰਾ ਸੈਕਸ਼ਨ ਉਹ ਕਰਨਾ ਹੈ ਜਾ ਕੇ ਵਿਦ ਫੀਡਬੈਕ ਆਊਗਾ ਸਰ ਵਿਦ ਫੀਡਬੈਕ ਆਇਓ ਜੀ ਫਿਰ ਆਪਾਂ ਇੰਟਰਵਿਊ ਕਰਾਂਗੇ ਸ਼ੋਰ ਮੇਰਾ ਨਹੀਂ ਫਿਰ ਦੂਜੇ ਕੈਂਡੀਡੇਟਾਂ ਦਾ ਵੀ ਲਿਓ ਬਿਲਕੁਲ 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 ਸਾਰੇ ਕੈਂਡੀਡੇਟਾਂ ਦਾ ਲਓ ਫਿਰ ਤੁਹਾਨੂੰ ਪਤਾ ਲੱਗ ਜੂ ਓਨੈਸਟੀ ਅਤੇ ਡਿਸਓਨੈਸਟੀ ਦਾ ਕਿੰਨਾ ਫਰਕ ਹੁੰਦਾ ਤੁਸੀਂ ਕੈਮਰੇ 'ਤੇ ਚੈਲੰਜ ਕਰ ਦਿਓ ਉਹਨਾਂ ਨੂੰ ਕਹੋ ਕਿ ਮੇਰੇ ਨਾਲ ਇੰਟਰਵਿਊ ਕਰਨ ਕਿਉਂਕਿ ਕੁਛ ਲੋਕ ਭੱਜ ਰਹੇ ਨੇ ਨਹੀਂ ਚੈਲੰਜ ਕੀ ਲੈਟਸ ਹੈਵ ਐਨ ਓਪਨ ਡਿਬੇਟ ਦੇਖੋ ਹਲੇ ਮੈਂ ਇਸ ਕਰਕੇ ਨਹੀਂ ਕਹਿ ਰਿਹਾ ਕਿਉਂਕਿ ਹਲੇ ਅਕਾਲੀ ਦਲ ਨੇ ਕੈਂਡੀਡੇਟ ਡਿਕਲੇਅਰ ਨਹੀਂ ਕੀਤਾ ਬਿਲਕੁਲ ਬਿਲਕੁਲ ਸੋ ਮੈਂ ਕਹਿੰਦਾ ਡਿਕਲੇਅਰ ਕਰਨ ਰੋਜ਼ ਕਹਿ ਦਿੰਦੇ ਨੇ ਬੀਬਾ ਹਰਸਿਮਰਤ ਕੌਰ ਬਾਦਲ ਵੀ ਕਹਿ ਦਿੰਦੇ ਨੇ ਕਿ ਮੈਂ ਹੀ ਕੈਂਡੀਡੇਟ ਹੋਊਂ ਦੈਨ ਵਾਟ ਇਜ਼ ਦੀ ਪ੍ਰੋਬਲਮ ਆਫ ਡਿਕਲੇਅਰਿੰਗ ਆਓ ਨਾ ਆਈ ਚੈਲੰਜ ਯੂ ਟੂ ਕਮ ਐਂਡ ਫਾਈਟ ਦ ਇਲੈਕਸ਼ਨ ਕਮ ਤੁਹਾਨੂੰ ਕੀ ਲੱਗਦਾ ਨਹੀਂ ਆਣਗੇ ਮੇਰੇ ਕੀ ਮੈਨੂੰ ਹੂ ਐਮ ਆਈ ਟੂ ਡਿਸਾਈਡ ਇਟ ਇਜ਼ ਹਰ ਹਸਬੈਂਡ ਹੂ ਹੈਜ਼ ਟੂ ਡਿਸਾਈਡ ਤੁਹਾਨੂੰ ਕੀ ਲੱਗ ਰਿਹਾ ਕਿ ਨਹੀਂ ਆ ਰਹੇ ਨਹੀਂ ਸੇਫ ਸੀਟ ਦੇਖ ਰਹੇ ਸੇਫ ਸੀਟ ਤਾਂ ਕੋਈ ਵੀ ਨਹੀਂ ਹੈ ਹੁਣ ਬਠਿੰਡਾ ਸੇਫ ਸੀਟ ਨਹੀਂ ਰਹੀ ਫੋਰ ਹੂਮ ਫੋਰ ਮਿਸਿਸ ਨੋ ਨੋਟ ਐਟ ਆਲ ਹਰਸਿਮਰਤ ਕੌਰ ਬਾਦਲ ਵਾਸਤੇ ਸੇਫ ਸੀਟ ਨਹੀਂ ਹੈ ਇਸ ਦੇ ਦੇਖੋ ਉਹਨਾਂ ਦਾ ਫੈਮਿਲੀ ਪਾਰਟੀ ਦਾ ਡਿਸੀਜਨ ਹੈ ਆਈ ਕਾਂਟ ਗੈਟ ਇਨ ਟੂ ਇਟ ਬਟ ਸ਼ੀ ਇਜ਼ ਨੋਟ ਔਨ ਅ ਗੁੱਡ ਵਿਕਟ ਹੇਅਰ ਮਤਲਬ ਵਿਕਟ ਡਿੱਗ ਸਕਦੀ ਹੈ ਸਮਝੋ ਡਿੱਗੀ ਹੋਈ ਹੈ ਸ਼ੀ ਇਜ਼ ਕਮਿੰਗ ਵਿਦ ਅ ਫਾਲਨ ਵਿਕਟ ਮਤਲਬ ਕਿਉਂ ਕਹਿ ਰਹੇ ਹੋ ਇਹ ਗੱਲ ਤੁਸੀਂ ਤੁਹਾਡੇ ਸਾਹਮਣੇ ਹੈ ਲੋਕਾਂ ਦਾ ਜੋ ਮਨ ਹੈ ਮੈਂ ਦੱਸ ਰਿਹਾ ਅਸੀਂ ਵੀ ਲੋਕਾਂ 'ਚ ਰਹਿੰਦੇ ਹਾਂ ਬਿਲਕੁਲ ਕਿ ਕਿਹੜੀ ਚੀਜ਼ ਦੇ ਉੱਤੇ ਉਹਨਾਂ ਨੂੰ ਜ਼ਿਆਦਾ ਸਾਰਾ ਜ਼ਿਆਦਾ ਇੰਪੈਕਟ ਪੈ ਰਿਹਾ ਕਿਹੜੀ ਚੀਜ਼ ਤੋਂ ਮੇਰੇ ਇੰਪੈਕਟ ਕਿਸ ਕਾਰਨ ਤੇ ਉਹਨਾਂ ਨੂੰ ਇੰਪੈਕਟ ਪੈ ਰਿਹਾ ਨੌਨ ਪਰਫਾਰਮੈਂਸ ਹੈ ਬਟ ਵਾਟ ਇਜ਼ ਦਰ ਪਰਫਾਰਮੈਂਸ ਕੰਮ ਹੈ 15 ਇਅਰਸ ਬਟ ਆਈ ਸ਼ੁਡਨਟ ਬੀ ਟਾਕਿੰਗ ਬਟ ਸ਼ੀ ਇਜ਼ ਨਾਟ ਅ ਕੈਂਡੀਡੇਟ ਬਟ ਸਟਿਲ ਤੁਸੀਂ ਕੁਐਸਚਨ ਪੁੱਛ ਰਹੇ ਬਟ ਟੈਲ ਮੀ ਵਾਟ ਇਜ਼ ਦਰ ਪਰਫਾਰਮੈਂਸ ਤੁਸੀਂ ਦੱਸੋ ਏਮਸ ਉਹਨਾਂ ਨੇ ਬਣਵਾਇਆ ਉਹ ਕਹਿੰਦੇ ਯਾਰ ਏਮਸ ਕਿੱਥੇ ਉਹਨਾਂ ਨੇ ਬਣਵਾਇਆ ਯਾਰ ਏਮਸ ਬਣਿਆ ਸੈਂਟਰ ਸਰਕਾਰ ਦੀ ਪਾਲਿਸੀ ਦੇ ਮੁਤਾਬਕ 16-17 ਏਮਸ ਸਾਰੇ ਦੇਸ਼ ਵਿੱਚ ਬਣਾਏ ਨੇ ਉਹਨਾਂ ਨੇ ਤੇ ਇੱਕ ਪੰਜਾਬ 'ਚ ਜੰਮੂ ਕਸ਼ਮੀਰ 'ਚ ਵੀ ਬਣਿਆ ਜੀ ਪੰਜਾਬ 'ਚ ਇੱਕ ਕਾਲਜ ਪਟਿਆਲੇ ਵੀ ਜਾ ਸਕਦਾ ਸੀ ਉਹ ਤਾਂ ਇਟਸ ਸੋ ਹੈਪਨ ਕਿ ਸਰਕਾਰ ਉਹਨਾਂ ਦੀ ਇੱਥੇ ਸੀ ਦੇਖੋ ਲਿਆਉਣਾ ਤੁਸੀਂ ਇਹ ਨਹੀਂ ਡੋਂਟ ਸੇ ਕਿ ਇੱਥੇ ਲੱਗਣਾ ਸੀ ਜਾਂ ਇੱਥੇ ਕਰਨਾ ਸੀ ਤੇ ਉੱਥੇ ਕਰਨਾ ਸੀ ਗੱਲ ਇਹ ਕਿ ਪੰਜਾਬ 'ਚ ਏਮਸ ਆਇਆ ਟਾਕ ਅਬਾਊਟ ਪੰਜਾਬ ਬਿਲਕੁਲ ਏਮਸ ਇਜ਼ ਪੰਜਾਬ ਵਾਸਤੇ ਬਿਲਕੁਲ ਕੌਣ ਲੈ ਕੇ ਆਇਆ ਸੈਂਟਰ ਸਰਕਾਰ ਅੰਡਰ ਅ ਪਾਲਿਸੀ ਜਿੱਥੇ 15-16 ਏਮਸ ਹਿੰਦੁਸਤਾਨ 'ਚ ਬਣੇ ਬਣੇ ਕਿ ਨਹੀਂ ਬਣੇ ਦੱਸੋ ਜਿਹੜਾ 6 ਸਾਲ ਤੋਂ ਪੈਂਡਿੰਗ ਸੀ ਪੰਜਾਬ ਵਾਸਤੇ ਪੈਂਡਿੰਗ ਵੀ ਸੀ 6 ਸਾਲ ਮੇਰੇ ਖਿਆਲ ਸ਼ਾਇਦ 6 ਸਾਲ ਤੋਂ ਪੈਂਡਿੰਗ ਸੀ ਚਲੋ ਬਣੇ ਕਿ ਨਹੀਂ ਬਣੇ ਚਲੋ ਮੈਂ ਕਹਿ ਦਿੰਦਾ ਗਵਰਨਮੈਂਟ ਆਫ ਇੰਡੀਆ ਨੇ ਏਮਸ ਦਿੱਤਾ ਅੰਡਰ ਅ ਪਾਲਿਸੀ ਬਠਿੰਡੇ ਲੱਗੇ ਵਟ ਐਲਸ ਹੋਰ ਦੱਸੋ ਦੇਖੋ ਸਰ ਜਨਰਲ ਐਕਸਕਿਊਜ਼ ਮੀ ਇੱਕ ਮਿੰਟ ਤੁਸੀਂ ਅਚੀਵਮੈਂਟਸ ਦੀ ਗੱਲ ਕਰ ਰਹੀ ਹੈ ਨਾ ਮੈਂ ਕਿਹਾ ਸੀ ਨਥਿੰਗ ਮੱਚ ਟੂ ਸ਼ੋ ਤੁਸੀਂ ਦੱਸੋ ਦੂਜਾ ਏਮਸ ਤੋਂ ਏਮਸ ਨੂੰ ਪਾਸੇ ਰੱਖ ਦਿਓ
ਦੂਜੇ ਕੰਮ ਐਜ਼ ਐਨ ਐਮ ਐਜ਼ ਇੱਕ ਮੈਂ ਉਸੇ ਤੇ ਆ ਰਿਹਾ ਸਰ ਉਸੇ ਤੇ ਆ ਰਿਹਾ ਐਜ਼ ਐਨ ਕਾਊਂਟਰ ਕੁਐਸਚਨ ਹੈ ਤੇ ਕਾਊਂਟਰ ਆਰਗੂਮੈਂਟ ਕੁਡ ਬੀ ਕਿ ਤੁਹਾਡਾ ਤੁਸੀਂ ਕੀ ਕੰਮ ਕਰਾਏ ਉਹ ਗਿਨਾਓ ਜਿਹੜੇ ਤੁਸੀਂ ਤਲਵੰਡੀ ਕਰਵਾਏ ਤਲਵੰਡੀ ਜਾਓ ਦੱਸੋ ਸਰ ਕੰਮ ਬੋਲਦਾ ਹੈ ਗਿਨਾਓ ਸਰ ਦੇਖੋ ਮੈਂ ਬਤੌਰ ਐਮ ਐਲ ਏ ਰਿਹਾ ਜਿੰਨੀ ਦੇਰ ਮੈਂ ਐਮ ਐਲ ਏ ਰਿਹਾ ਤੇ ਸਰਕਾਰ ਦਾ ਹਿੱਸਾ ਰਿਹਾ ਜੋ ਮੇਰਾ ਕੰਮ ਪਿੰਡਾਂ ਦਾ ਸੀ ਸ਼ਹਿਰਾਂ ਦਾ ਸੀ ਬੇਸ਼ੱਕ ਉਹ ਤਲਵੰਡੀ ਸ਼ਹਿਰ ਹੋ ਬੇਸ਼ੱਕ ਰਾਮਾ ਸ਼ਹਿਰ ਹੋ ਪਿੰਡਾਂ ਦੀ ਕਨੈਕਟੀਵਿਟੀ ਹੋ ਮੇਰਾ ਖਿਆਲ ਹੈ 100 ਕਿਲੋਮੀਟਰ ਤੋਂ ਵੱਧ ਤਾਂ ਮੈਂ ਨਵੀਆਂ ਲਿੰਕ ਰੋਡਸ ਬਣਾਤੀਆਂ ਤਲਵੰਡੀ ਸਾਬੋ ਦੇ ਵਿੱਚ ਤਲਵੰਡੀ ਸਾਬੋ ਨੂੰ ਇੱਕ ਖੂਬਸੂਰਤ ਸ਼ਹਿਰ ਬਣਾਇਆ ਠੀਕ ਹੈ ਨਾ ਹੋਰ ਕੁਛ ਨਹੀਂ 2000 ਪਰਸਨਲ ਤੌਰ 'ਤੇ ਇਲੈਕਟ੍ਰਿਕ ਮੋਟਰ ਜਿਹੜੇ ਆਪਣਾ ਟਿਊਬਵੈਲ ਹੈ ਉਹ ਕਨੈਕਸ਼ਨ ਸਭ ਤੋਂ ਪੰਜਾਬ ਸਭ ਤੋਂ ਜ਼ਿਆਦਾ ਜੇ ਕਨੈਕਸ਼ਨ ਦਿੱਤੇ ਗਏ ਤਾਂ ਤਲਵੰਡੀ ਸਾਬੋ ਦਿੱਤੇ ਗਏ ਨੇ ਸੋ ਮਤਲਬ ਲਿਸਟ ਇਜ਼ ਲੌਂਗ ਮੈਂ 500 ਕਰੋੜ ਤੋਂ ਵੱਧ ਰੁਪਈਆ ਲਾਇਆ ਆਈ ਹੈਵ ਦੈਟ ਔਨ ਰਿਕਾਰਡ ਮੇਰੇ ਕੋਲ ਹੈ ਉਹ ਰਿਕਾਰਡ ਸੋ ਇੱਕ ਕਨੈਕਟੀਵਿਟੀ ਤੁਸੀਂ ਕਹਿੰਦੇ ਹੋ ਰੋਡਸ ਬਣਵਾਈਆਂ ਦੂਸਰਾ ਤੁਸੀਂ ਕਹਿ ਰਹੇ ਹੋ ਮੋਟਰਾਂ ਲਗਵਾਈਆਂ ਬਿਲਕੁਲ ਇੱਕ ਸ਼ਹਿਰ ਦੀ ਸੁੰਦਰੀਕਰਨ ਕਹਿ ਲਓ ਬਿਲਕੁਲ ਬਹੁਤ ਕੁਛ ਹੈ ਜੀ ਮਤਲਬ ਜਿੰਨਾ ਕੁ ਮੇਰਾ ਦੇਖੋ ਮਾਈ ਬਰੀਫ ਵਾਸ ਤਲਵੰਡੀ ਸਾਬੋ 5 ਇਅਰਸ ਮੈਨੂੰ ਤਾਂ ਬਹੁਤ ਥੋੜਾ ਸਮਾਂ ਮਿਲਿਆ ਕੰਮ ਕਰਨ ਦਾ ਤੇ ਕੰਮ ਜਿੰਨਾ ਕੀਤਾ ਓਨੇ ਇੱਕ ਸਮੇਂ ਚ ਰਿਕਾਰਡ ਹੈ ਸੋ ਤੁਸੀਂ ਜਾਓ ਮੈਂ ਦੇਖੋ ਮੈਂ ਬੋਲੀ ਜਾਵਾਂ ਦਿਸ ਨੋ ਪੁਆਇੰਟ ਤੁਸੀਂ ਜਾ ਕੇ ਤਲਵੰਡੀ ਚ ਲੋਕਾਂ ਨੂੰ ਪੁੱਛ ਲਓ ਯੂ ਵਿਲ ਗੈਟ ਟੂ ਨੋ ਕਿ ਹਾਂ ਬਈ ਵਾਕਈ ਕੁਛ ਹੋਇਆ ਕਿ ਨਹੀਂ ਹੋਇਆ ਤੇ ਯੂ ਕੈਨ ਕਮ ਬੈਕ ਪਹਿਲਾਂ ਤਾਂ ਇਹ ਪੁੱਛੋ ਓਨੈਸਟੀ ਵਾਲਾ ਹੀ ਕੰਮ ਚਲਾਓ ਪਹਿਲਾਂ ਤਾਂ ਦੇਖੋ ਕਿ ਜੀਤਮਿੰਦਰ ਓਨੈਸਟ ਹੈ ਜਾਂ ਡਿਸਓਨੈਸਟ ਹੈ ਰਿਕਾਰਡਿੰਗ ਕਰ ਲਿਓ ਠੀਕ ਹੈ My pleasure. Thank you.